ਦੇ ਵਿੱਚ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਔਰ ਵਾਹਿਗੁਰੂ ਜੀ ਕੀ ਫਤਿਹ। ਫਰੀਦਾ ਖਾਕ ਨਾ ਨਿੰਦੀਏ ਖਾਕ ਜੇਠ ਨਾ ਕੋਏ ਜੀਵਨ ਦਿਆਂ ਪੈਰਾਂ ਥੱਲੇ ਔਰ ਮਰਿਆ ਉੱਪਰ ਹੋਏ ਇਹ ਮਿੱਤਰ ਰੰਗਲਾ ਪੰਜਾਬ ਮੇਰਾ ਪੈਦਾ ਹੁੰਦੇ ਨੇ ਸੂਰਮੇ ਸ਼ਹੀਦ ਜਿੱਥੇ ਸਰਬੰਸ ਵਾਰ ਕੇ ਰੱਬ ਨੂੰ ਹਾਲ ਦੱਸੇ ਸੌਂਗੇ ਕੰਡਿਆਂ ਉੱਤੇ ਮੁਰੀਦ ਜਿੱਥੇ ਵੱਡੇ ਵੱਡੇ ਧਾੜਵੀਆਂ ਦੇ ਜਿੱਥੋਂ ਨੇ ਮੂੰਹ ਮੁੜ ਗਏ ਮੈਂ ਇੱਕ ਸੁੰਘ ਕੇ ਜਿੱਥੋਂ ਗੁਲਾਬ ਦੀ ਜੀ ਜਿੱਥੋਂ ਦੇ ਲੋਕ ਅਣਖ ਲਈ ਮਰ ਮਿਟ ਗਏ ਕੌਡੀ ਖੇਡ ਉਸ ਪੰਜਾਬ ਦੀ ਜੀ ਜਿੱਥੋਂ ਦੇ ਲੋਕ ਅਣਖ ਲਈ ਮਰ ਮਿਟ ਗਏ ਕੌਡੀ ਖੇਡ ਉਸ ਪੰਜਾਬ ਦੀ ਜੀ। ਇੱਕ ਪਾਸੇ ਸੈਦੋਕਿਆਂ ਦੀ ਟੀਮ ਹੈ ਔਰ ਦੂਜੇ ਪਾਸੇ ਟੀਮ ਜਿਹੜੀ ਉਹ ਕਹਿੰਦੇ ਵੀ ਮਾਨੂ ਕੇ ਗਿੱਲਾਂ ਦੀ ਟੀਮ ਹੈ। ਮੈਚ ਬੜਾ ਵਧੀਆ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ। ਨਾਲ ਹੀ ਸਾਊਂਡ ਵਾਲੇ ਵੀਰ ਨੂੰ ਵੀ ਬੇਨਤੀ ਵੀ ਉਹ ਵੀ ਜ਼ਿੰਮੇਵਾਰੀਆਂ ਨੂੰ ਸਾਂਭਣ ਜਿਸ ਤਰ੍ਹਾਂ ਇਹਨੂੰ ਸੈੱਟ ਕਰਨਾ। ਵੱਡੇ ਵੀਰ ਇੱਕ ਥਾਂ ਸੈੱਟ ਕਰ ਲਓ। ਬੜੀ ਪਿਆਰੀ ਸਾਊਂਡ ਹੈ, ਆਪਾਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ। ਔਰ ਅੱਜ ਕਹਿੰਦੇ ਵੀ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਟੇਡੀਅਮ ਦੇ ਵਿੱਚ ਲੱਗੀਆਂ ਹੋਈਆਂ ਵੱਡੀਆਂ ਰੌਣਕਾਂ। ਲਾਸਟ ਦਿਨ ਹੈ ਕਹਿੰਦੇ ਵੀ ਅੱਜ ਇਸ ਮਹਾਕੁੰਭ ਦਾ ਇਤਿਹਾਸ ਰਚਿਆ ਜਾਣਾ ਅੱਜ ਕੱਲ ਕਲਾਂ ਦੀ ਧਰਤੀ। ਕਹਿੰਦੇ ਵੀ ਜੇ ਖਿਡਾਰੀਆਂ ਦੀ ਗੱਲ ਕਰੀਏ ਪੂਰੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ। ਵੱਡੇ ਪ੍ਰਬੰਧ ਕੀਤੇ ਨੇ ਸਾਡੇ ਵੀਰਾਂ ਨੇ, ਹਰ ਇੱਕ ਚੀਜ਼ ਜਿਹੜੀ ਉਹ ਸਲਾਹੁਣ ਯੋਗ ਹੈ। ਲਓ ਸਾਹਮਣੇ ਦੇਖਦੇ ਵੀ ਨੌਜਵਾਨ ਕਬੱਡੀ ਪਾ ਰਿਹਾ। ਔਰ ਮੇਰੀ ਬੇਨਤੀ ਆ ਪਿੰਡ ਪੱਧਰ ਦੀਆਂ ਟੀਮਾਂ, ਇੱਕ ਪਿੰਡ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਨੇ ਉਹ ਟੀਮਾਂ ਆਪਣੇ ਜਲਦੀ ਨਾਂ ਲਿਖਵਾ ਦੇਣ ਕਿਰਪਾ ਕਰਕੇ। ਐਂਟਰੀ ਫੀਸਾਂ ਆਪਣੀਆਂ ਪਹੁੰਚਦੀਆਂ ਕਰ ਦੇਣ, ਇਹ ਬੇਨਤੀ ਕਰਦੇ ਹਾਂ। ਜਿੰਨੀਆਂ ਵੀ ਇੱਕ ਪਿੰਡ ਓਪਨ ਦੀਆਂ ਟੀਮਾਂ ਨੇ ਉਹ ਕਿਰਪਾ ਕਰਕੇ ਆਪਣੀ ਐਂਟਰੀ ਫੀਸ ਪਹੁੰਚਦੀ ਕਰ ਦੇਣ, ਕਿਉਂਕਿ ਜਿਹੜੀਆਂ ਟੀਮਾਂ ਐਂਟਰ ਕੀਤੀਆਂ ਜਾ ਰਹੀਆਂ ਨੇ ਪਿੰਡ ਪੱਧਰ ਦੀਆਂ ਜਿੰਨੀਆਂ ਵੀ ਟੀਮਾਂ ਨੇ, ਇਹ ਮੇਰੀ ਹੱਥ ਬੰਨ ਕੇ ਬੇਨਤੀ ਹੈ ਵੀ ਟੀਮਾਂ ਜਲਦੀ ਆਪਣੇ ਨਾਂ ਲਿਖਵਾ ਜਾਣ। ਨਾਲ ਹੀ ਜੋ ਸਾਡੇ ਮੰਚ ਸੰਚਾਲਕ ਹੈ ਸਟੇਜ ਤੋਂ ਦਿਸ਼ਾ ਨਿਰਦੇਸ਼ ਜਾਰੀ ਕਰ ਰਹੇ ਵੀਰ, ਉਹਨਾਂ ਨੂੰ ਬੇਨਤੀ ਵੀ ਅਗਲੀਆਂ ਟੀਮਾਂ ਅਨਾਊਂਸ ਕਰ ਦਿਓ ਕਿਰਪਾ ਕਰਕੇ। ਅਗਲਾ ਮੈਚ ਕਿੰਨਾ ਦਾ ਹੋਣਾ? ਘਲ ਕਲਾਂ ਤੇ ਘੋਲੀਆ ਕਲਾਂ। ਘਲ ਕਲਾਂ ਤੇ ਘੋਲੀਆ ਅਗਲੇ ਮੈਚਾਂ ਲਈ। ਲਓ ਦੇਖਦੇ ਵੀ ਸਾਹਮਣੇ ਹੁਣ ਮਾਣੂ ਕੇ ਗਿੱਲ ਪਿੰਡ, ਕਹਿੰਦੇ ਵੀ ਮੋਗੇ ਦੀ ਸਬ ਡਿਵੀਜ਼ਨ ਮੰਡੀ ਨਿਹਾਲ ਸਿੰਘ ਵਾਲਾ ਦਾ ਏਰੀਆ ਹੈ। ਮਾਣੂ ਕੇ ਗਿੱਲ ਪਿੰਡ, ਕਹਿੰਦੇ ਵੀ ਗੁਰਲਾਲ ਦਾ ਪਿੰਡ ਹੈ ਤੇ ਤਾਰਾ ਸਿੰਘ ਜੀ ਉਸ ਪਿੰਡ ਦੇ ਸਰਪੰਚ ਹੈ। ਲਓ ਉਸੇ ਪਿੰਡ ਦਾ ਨੌਜਵਾਨ ਕਹਿੰਦੇ ਵੀ ਬੜੇ ਵਧੀਆ ਪੁਆਇੰਟ ਦਾ ਵਾਅਦਾ ਕਰ ਗਿਆ ਹੈ। ਔਰ ਕੁਲਦੀਪ ਚੰਨਣਵਾਲ ਪਿੰਡ ਦਾ ਕਹਿੰਦੇ ਵੀ ਇਸ਼ਾਰਾ ਕਰਦਾ ਵੀ ਪੁਆਇੰਟ ਜਿਹੜਾ ਮਾਣੂ ਕੇ ਗਿੱਲਾਂ ਦੀ ਟੀਮ ਦੇ ਹਿੱਸੇ ਹੈ। ਔਰ ਅਗਲੇ ਮੈਚਾਂ ਲਈ ਬੇਨਤੀ ਕਰਦੇ ਵੀ ਘੋਲੀਏ ਦੀ ਟੀਮ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਵੇ। ਘੋਲੀਏ ਦੀ ਟੀਮ ਨੂੰ ਹੱਥ ਬੰਨ ਕੇ ਬੇਨਤੀ ਹੈ। ਲਓ ਸਾਹਮਣੇ ਦੇਖਦੇ ਵੀ ਸੈਦੋ ਕੇ ਪਿੰਡ, ਕਹਿੰਦੇ ਵੀ ਬਾਬੇ ਹਰਪ੍ਰੀਤ ਦਾ ਪਿੰਡ ਹੈ, ਬਾਬੇ ਬਿਗੜ ਵਰਗੇ ਮੋਹਣੇ ਵਰਗੇ ਜਿਹੜੀ ਧਰਤੀ ਨੇ ਪੈਦਾ ਕੀਤੇ। ਲਓ ਉਸੇ ਪਿੰਡ ਦਾ ਨੌਜਵਾਨ ਕਹਿੰਦੇ ਵੀ ਇਸ ਵੇਲੇ ਕਬੱਡੀ ਪਾ ਰਹੇ ਖੇਡ ਮੈਦਾਨ ਦੇ ਵਿੱਚ। ਹੁਣ ਚਾਰ ਜਾਫੀ ਹੈ, ਇੱਕ ਨੇ ਕਹਿੰਦੇ ਵੀ ਬੜੀ ਵਧੀਆ ਕੀਤੀ ਹੋਈ ਕੋਸ਼ਿਸ਼। ਲਓ ਫੜਿਆ ਗੁੱਟ, ਨਹੀਂ ਰੀਸਾਂ ਜਿਹੜੀ ਗੱਲ ਕਸੂਤੀ ਬਣਦੀ ਜਾ ਰਹੀ ਹੈ ਔਰ ਸਾਰੇ ਰਾਹ ਬੰਦ ਕਰ ਦਿੱਤੇ ਹੈ ਵੀ ਭਾਜੋ ਨੌਜਵਾਨ ਨਾ ਕਿੱਧਰ ਦੀ ਭੱਜਦਾ ਹੈ ਤੇ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਹੈ ਮਾਣੂਕਿਆਂ ਦੀ ਟੀਮ ਦੇ ਹਿੱਸੇ, ਬਹੁਤ ਸੋਹਣੇ ਪੁਆਇੰਟ ਦਾ ਵਾਧਾ ਹੁੰਦਾ ਹੋਇਆ। ਨਾਲ ਸਾਡੇ ਇਕਬਾਲ ਸਿੰਘ ਜੀ ਮੱਧੋ ਕੇ ਪਿੰਡ ਵਾਲੇ ਕੈਨੇਡਾ ਦੇ ਵਿੱਚ ਵੀ ਵਿਸਲਾਂ ਮਾਰੀਆਂ ਨੇ, ਪੰਜਾਬ ਦੇ ਟੌਪ ਦੇ ਕਬੱਡੀ ਕੱਪਾਂ ਦਾ ਸ਼ਿੰਗਾਰ ਹੈ, ਆਪਾਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ। ਲਓ ਸਾਹਮਣੇ ਦੇਖਦੇ ਹੈ ਵੀ ਨੌਜਵਾਨ ਇਸ ਵੇਲੇ ਮਾਣੂਕੇ ਗਿੱਲਾਂ ਵਾਲਾ ਕਬੱਡੀ ਪਾ ਰਿਹਾ ਹੈ। ਸੈਦੋ ਕਹਿੰਦੇ ਵਿਹੜੇ ਨੌਜਵਾਨ ਦੀ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ, ਲੱਗਦਾ ਹੋਇਆ ਤਕੜਾ ਜੱਫਾ ਹੈ ਅੱਜ। ਕਹਿੰਦੇ ਵੀ ਪੂਰੀ ਬੱਲੇ ਬੱਲੇ ਹੈ ਖੇਡ ਮੈਦਾਨ ਦੇ ਵਿੱਚ ਔਰ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਹੈ। ਦੇਖਾਂਗੇ ਵੀ ਸੈਦੋਕਿਆਂ ਦੀ ਟੀਮ ਦੇ ਹਿੱਸੇ ਬੜੇ ਵਧੀਆ ਅੰਕ ਦਾ ਵਾਧਾ ਹੁੰਦਾ ਹੋਇਆ ਖੇਡ ਮੈਦਾਨ ਦੇ ਵਿੱਚ। ਨਾਲ ਹੀ ਆਪਾਂ ਧੰਨਵਾਦ ਕਰਦੇ, ਕਹਿੰਦੇ ਵੀ ਪੰਜਾਬ ਲਾਈਵ 1.com ਔਰ ਕਬੱਡੀ 365.com ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ। ਅੱਜ ਪੂਰੀ ਦੁਨੀਆ ਭਰ ਦੇ ਵਿੱਚ ਤਸਵੀਰ ਜਾ ਰਹੀ ਹੈ ਉਸ ਕਬੱਡੀ ਕੱਪ ਦੀ, ਸੱਤ ਸਮੁੰਦਰਾਂ ਤੋਂ ਪਾਰ ਜਿਹੜੀਆਂ ਉਹ ਤਸਵੀਰਾਂ ਜਾ ਰਹੀਆਂ ਨੇ। ਆਪਾਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ ਸਾਡੇ ਵੀਰ ਪ੍ਰਦੀਪ ਹੈਪੀ ਹੋਣੀ, ਨਾਲ ਜਿੰਨੇ ਵੀ ਰਮਨ ਹੋਣੀ ਰਿੱਕੀ ਹੋਣੀ ਸਾਰੇ ਵੀਰਾਂ ਦਾ ਧੰਨਵਾਦ ਹੈ। ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਲਓ ਸਾਹਮਣੇ ਦੇਖਦੇ ਵੀ ਨੌਜਵਾਨ ਸੈਦੋ ਕੇ ਪਿੰਡ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ
ਖੇਡ ਮੈਦਾਨ ਦੇ ਵਿੱਚ ਸੈਦੋ ਕਿਆਂ ਦੀ ਧਰਤੀ ਦਾ ਨੌਜਵਾਨ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ। ਹੁਣ ਚਾਰ ਜਾਫੀ ਦੇਖਾਂਗੇ ਵੀ ਕਿਹੋ ਜਿਹਾ ਕਮਾਲ ਕਰਦੇ ਨੇ। ਅਗਲੇ ਮੈਚ ਦੀਆਂ ਟੀਮਾਂ ਨੂੰ ਬੇਨਤੀ ਹੈ ਘੋਲੀਏ ਦੀ ਟੀਮ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਵੇ। ਘੋਲੀਏ ਦੀ ਟੀਮ ਨੂੰ ਬੇਨਤੀ ਹੈ ਵੀ ਉਹ ਟੀਮ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਪੁੱਜੇ। ਲਓ ਸਾਹਮਣੇ ਕਹਿੰਦੇ ਵੀ ਨੌਜਵਾਨ ਨੇ ਜਿਹੜੀ ਕੈਂਚੀ ਲੱਗੀ ਹੋਈ ਹੈ, ਖੁੱਚ ਪੱਟੀ ਹੋਈ ਹੈ ਔਰ ਲੱਗਦਾ ਹੋਇਆ ਤਕੜਾ ਜੱਫਾ ਖੇਡ ਮੈਦਾਨ ਦੇ ਵਿੱਚ ਕਿ ਮੱਖਣ ਚੜਕ ਵੀਰੂ ਸੇਵੀ ਤੇ ਘੋਲੀਏ ਵਾਲਾ ਗੇਲਾ ਅੰਗਰੇਜ਼ ਐਡਾਚਾ ਤੇ ਜਗਤਾਰ ਭਨੌਲਾ ਲੁੱਟ ਲੈਂਦੇ ਸੀ ਮੇਲਾ। ਸਵਰਨੇ ਵਾਂਗੂ ਗੁੱਟ ਫੜ ਫੜ ਕੇ ਔਖੇ ਰੇਡਰ ਥੰਮਣੇ, ਗਾਜੀਆਂ ਦੇ ਕਾਲੇ ਵਰਗੇ ਮੁੜ ਮੁੜ ਕੇ ਨਹੀਂ ਜੰਮਣੇ। ਹਰਜੀਤ ਬਰਾੜਾ ਤੇਰੇ ਘਾਟੇ ਹਜੇ ਸਤਾਉਂਦੇ ਨੇ, ਕਈ ਰੇਡਾਂ ਪਾਉਂਦੇ ਨੇ ਕਈ ਜੱਫੇ ਲਾਉਂਦੇ ਨੇ, ਕਈ ਰੇਡਾਂ ਪਾਉਂਦੇ ਨੇ ਕਈ ਜੱਫੇ ਲਾਉਂਦੇ ਨੇ। ਲਓ ਲੱਗਦਾ ਹੋਇਆ ਟੌਪ ਦਾ ਜੱਫਾ। ਹੁਣ ਕੁਲਦੀਪ ਸਿੰਘ ਕਹਿੰਦੇ ਵੀ ਚੰਨਣਵਾਲ ਪਿੰਡ ਦਾ ਅੰਦਾਜ਼ ਦੇ ਵਿੱਚ ਵਿਸਲ ਮਾਰੇਗਾ ਵੀ ਇਹ ਪੁਆਇੰਟ ਕਿਹੜੀ ਟੀਮ ਦੇ ਹਿੱਸੇ ਹੈ, ਪੁਆਇੰਟ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ। ਅਗਲੀਆਂ ਟੀਮਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਸਾਡੀ ਵੀ ਉਹ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ। ਅਗਲੇ ਮੈਚ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਘੋਲੀਏ ਦੀ ਟੀਮ ਜਲਦੀ ਗਰਾਊਂਡ ਦੇ ਵਿੱਚ ਆ ਜਾਵੇ। ਘੋਲੀਏ ਦੀ ਟੀਮ ਨੂੰ ਬੇਨਤੀ ਹੈ ਵੀ ਉਹ ਟੀਮ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਵੇ। ਅੱਜ ਕਹਿੰਦੇ ਵੀ ਸੈਦੋ ਕੈਂਬਲ ਦੀ ਪਾਈ ਹੋਈ ਕਬੱਡੀ, ਨੌਜਵਾਨ ਕਹਿੰਦੇ ਵੀ ਬਲਜੀਤ ਵਰਗੇ ਮੱਖਣ ਵਰਗੇ ਟੌਪ ਦੇ ਪਲੇਅਰ ਪੁੱਜਣੇ ਹੈ ਔਰ ਜਿੱਥੇ ਕਹਿੰਦੇ ਵੀ ਸੁੱਖ ਵਰਗੇ ਜਿਹੜੇ ਕਬੱਡੀ ਦੇ ਸੁਪਰ ਸਟਾਰ ਅਜੇ ਇਸ ਧਰਤੀ ਦੇ ਪੁੱਜਣੇ ਹੈ। ਆਪਾਂ ਸਾਰਿਆਂ ਦਾ ਧੰਨਵਾਦ ਕਰਾਂਗੇ ਔਰ ਜਿਸ ਤਰ੍ਹਾਂ ਵੀ ਖਿਡਾਰੀ ਖੇਡ ਮੈਦਾਨ ਦੇ ਵਿੱਚ ਪੁੱਜਣਗੇ ਆਪਾਂ ਸਾਰਿਆਂ ਦੀਆਂ ਗੱਲਾਂ ਸਾਂਝੀਆਂ ਕਰਾਂਗੇ। ਨਾਲ ਹੀ ਜਿੰਨੀ ਵੀ ਪ੍ਰਬੰਧ ਕਮੇਟੀ ਹੈ, ਜਿੰਨੇ ਵੀ ਸਾਡੇ ਆਰਗੇਨਾਈਜ਼ਰ ਵੀਰ ਹੈ, ਸਮੁੱਚੀ ਆਰਗੇਨਾਈਜੇਸ਼ਨ ਕਮੇਟੀ ਹੈ, ਆਪਾਂ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਲਓ ਸਾਹਮਣੇ ਮਾਨੂ ਕੇ ਗਿੱਲਾਂ ਵਾਲਾ ਨੌਜਵਾਨ, ਕਿਤੇ ਕਹਿੰਦੇ ਵੀ ਮਨਪ੍ਰੀਤ ਕਬੱਡੀ ਪਾਉਂਦਾ ਕਿਤੇ ਕਾਲੇ ਦੀ ਗੱਲ। ਰਾਜੂ ਵਰਗੇ ਟੌਪ ਦੇ ਜਿਹੜੇ ਸਟਾਰ ਪੈਦਾ ਕੀਤੇ ਨੇ ਮਾਨੂਕਿਆਂ ਦੀ ਧਰਤੀ ਨੇ। ਲਓ ਸਾਹਮਣੇ ਸੈਦੋ ਕੇ ਪਿੰਡ ਵਾਲਾ ਨੌਜਵਾਨ ਕਹਿੰਦੇ ਵੀ ਅਗਲੀ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ। ਹੁਣ ਚਾਰ ਜਾਫੀ ਦੇਖਾਂਗੇ, ਕਹਿੰਦੇ ਵੀ ਮਾਨੂਕਿਆਂ ਦੇ ਬੂਟੇ ਨੇ ਨੁਕਰਾ ਘੋੜਾ ਜਿੱਤਿਆ ਔਰ ਉੱਥੇ ਮਾਨ ਸਨਮਾਨ ਕਹਿੰਦੇ ਵੀ ਜੀਵਨ ਨੂੰ ਵੀ ਮਿਲੇ ਹੈ। ਅੱਜ ਟੌਪ ਦੇ ਪਲੇਅਰ ਖੇਡਣੇ ਇਸ ਧਰਤੀ ਦੇ। ਲਓ ਸਾਹਮਣੇ ਸੈਦੋ ਕੇ ਪਿੰਡ ਵਾਲਾ ਨੌਜਵਾਨ ਪੁਆਇੰਟ ਲੈ ਕੇ ਭੱਜਾ ਜਾਂਦਾ ਆਪਣੀ ਟੀਮ ਦੇ ਲਈ, ਬਹੁਤ ਸੋਹਣਾ ਪੁਆਇੰਟ ਜੋੜਦਾ ਹੋਇਆ ਨੌਜਵਾਨ ਆਪਣੀ ਟੀਮ ਦੇ ਲਈ। ਔਰ ਨਾਲ ਸਾਊਂਡ ਵਾਲੇ ਵੀਰ ਨੂੰ ਬੇਨਤੀ ਵੀ ਥੋੜ੍ਹੀ ਜਿਹੀ ਰਿਪੀਟ ਦੇ ਦਿਓ, ਵੱਡੇ ਵੀਰ ਥੋੜ੍ਹੀ ਜਿਹੀ ਰਿਪੀਟ ਦੇ ਦਿਓ, ਨਾਲ ਇੱਕੋ ਦੇ ਦਿਓ, ਵੱਡਾ ਧੰਨਵਾਦ ਹੈ। ਪਿਆਰੀ ਸਾਊਂਡ ਲੱਗੀ ਹੋਈ ਹੈ, ਬੇਨਤੀ ਹੈ ਥੋੜ੍ਹੀ ਜਿਹੀ ਰਿਪੀਟ ਦੇ ਦਿਓ, ਨਾਲ ਥੋੜ੍ਹੀ ਜਿਹੀ ਇੱਕੋ ਲਾ ਦਿਓ, ਵੱਡਾ ਧੰਨਵਾਦ ਹੈ। ਲਓ ਸਾਹਮਣੇ ਦੇਖਦੇ ਵੀ ਨੌਜਵਾਨ ਇਸ ਵੇਲੇ ਮਾਨੂ ਕੇ ਗਿੱਲਾਂ ਵਾਲਾ ਕਹਿੰਦੇ ਵੀ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਔਰ ਸੈਦੋ ਕੇ ਪਿੰਡ ਵਾਲੇ ਨੇ ਕਹਿੰਦੇ ਵੀ ਰੱਖਿਆ ਹੋਇਆ ਧੌਣ ਤੇ ਹੱਥ। ਹੁਣ ਦੇਖਾਂਗੇ ਵੀ ਕਿਹੋ ਜਿਹਾ ਕਮਾਲ ਹੋਵੇਗਾ। ਕੁਲਦੀਪ ਸਿੰਘ ਚੰਨਣਵਾਲ ਪਿੰਡ ਦਾ ਕਹਿੰਦੇ ਵੀ ਸੁਰਿੰਦਰ ਕੌਰ ਦੀ ਹੇਕ ਤਰ੍ਹਾਂ ਮਾਰਦਾ ਵਿਸਲ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਹੈ। ਔਰ ਅਗਲੇ ਮੈਚਾਂ ਲਈ ਮੇਰੀ ਬੇਨਤੀ ਹੈ ਵੀ ਘੋਲੀਏ ਦੀ ਟੀਮ ਜਲਦੀ ਗਰਾਊਂਡ ਦੇ ਵਿੱਚ ਆ ਜਾਵੇ, ਅਗਲੇ ਮੈਚ ਦੀਆਂ ਟੀਮਾਂ ਜਲਦੀ ਖੇਡ ਦੇ ਮੈਦਾਨ ਵਿੱਚ ਆ ਜਾਣ, ਇਹ ਆਪਾਂ ਬੇਨਤੀ ਕਰਦੇ ਹਾਂ। ਅਗਲੇ ਮੈਚ ਦੀਆਂ ਟੀਮਾਂ, ਲਓ ਸਾਹਮਣੇ ਸੈਦੋ ਕੇ ਵਾਲਾ ਨੌਜਵਾਨ ਕਹਿੰਦੇ ਵੀ ਬਹੁਤ ਸੋਹਣੇ ਪੁਆਇੰਟ ਦਾ ਵਾਧਾ ਕਰ ਗਿਆ ਆਪਣੀ ਟੀਮ ਦੇ ਲਈ। ਜਿਵੇਂ ਕਹਿੰਦੇ ਵੀ ਹਾਕੀ ਚੁਸਤੀ ਦੀ ਖੇਡ ਹੈ, ਕਰੈਕਟ ਬਾਈ ਚਾਂਸ, ਕਬੱਡੀ ਫੁੱਟਬਾਲ ਬਾਈ ਪਾਵਰ, ਔਰ ਜਿਹੜੀ ਕਬੱਡੀ ਉਹ ਜ਼ੋਰ ਦੀ ਖੇਡ ਹੈ ਔਰ ਅੱਜ ਕਹਿੰਦੇ ਵੀ ਜ਼ੋਰ ਦੇ ਨਾਲ, ਜੋਸ਼ ਦੇ ਨਾਲ, ਤਕਨੀਕ ਦੇ ਨਾਲ ਕਬੱਡੀਆਂ ਪੈਣੀਆਂ, ਜੱਫੇ ਵੀ ਲੱਗਣੇ ਆ, ਪੂਰੀ ਬੱਲੇ ਬੱਲੇ ਹੋਣੀ ਹੈ। ਕੁਲਦੀਪ ਸਿੰਘ ਚੰਨਣਵਾਲ ਪਿੰਡ ਦਾ ਹੁਣ ਕੀ ਫੈਸਲਾ ਦੇਵੇਗਾ ਵੀ ਪੁਆਇੰਟ ਜਿਹੜਾ ਮਾਨੂਕਿਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਚਲੋ ਨੌਜਵਾਨ, ਅਗਲੇ ਮੈਚ ਦੀਆਂ ਟੀਮਾਂ ਨੂੰ ਵਾਰ ਵਾਰ ਬੇਨਤੀ ਕਰਦੇ ਹਾਂ ਵੀ ਅਗਲੇ ਮੈਚ ਦੀਆਂ ਟੀਮਾਂ ਜਲਦੀ ਖੇਡ ਦੇ ਮੈਦਾਨ ਵਿੱਚ ਆ ਜਾਣ। ਇਹ ਬੇਨਤੀ ਹੈ ਵੀ ਅਗਲੇ ਮੈਚ ਦੀਆਂ ਟੀਮਾਂ ਉਹ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਕਿਰਪਾ ਕਰਕੇ। ਅਗਲਾ ਮੈਚ ਵੀ ਕਾਫੀ ਵਧੀਆ ਖੇਡਿਆ ਜਾਣਾ ਹੈ, ਜਿਸ ਤਰ੍ਹਾਂ ਆਹ ਮੈਚ ਕਹਿੰਦੇ ਵੀ ਟੌਪ ਦਾ ਖੇਡਿਆ ਜਾ ਰਿਹਾ, ਇੱਕ ਪਾਸੇ ਸੈਦੋ ਕੇ ਪਿੰਡ ਹੈ ਔਰ ਦੂਜੇ ਪਾਸੇ ਕਹਿੰਦੇ ਵੀ ਮਾਨੂ ਕੇ ਗਿੱਲਾਂ ਦੀ ਟੀਮ ਹੈ ਔਰ ਮਾਨੂ ਕੇ ਗਿੱਲ ਪਿੰਡ ਕਹਿੰਦੇ ਵੀ ਕਬੱਡੀ ਦਾ ਗੜ੍ਹ ਮੰਨਿਆ ਗਿਆ ਹੈ, ਕਬੱਡੀ ਦੀ ਨਰਸਰੀ ਦੇ ਵਜੋਂ ਜਾਣਿਆ ਜਾਂਦਾ ਪਿੰਡ ਹੈ। ਜਿਵੇਂ ਘੱਲਾਂ ਦੀ ਧਰਤੀ ਨੇ ਕਹਿੰਦੇ ਵੀ ਟੌਪ ਦੇ ਪਲੇਅਰ ਪੈਦਾ ਕੀਤੇ, ਪੂਰੀ ਦੁਨੀਆ ਭਰ ਦੇ ਵਿੱਚ ਤੂਤੀ ਬੋਲਦੀ ਹੈ, ਅੱਜ ਕਹਿੰਦੇ ਵੀ ਇਸੇ ਧਰਤੀ ਤੇ ਇਤਿਹਾਸ ਰਚਿਆ ਜਾਣਾ। ਲਓ ਸਾਹਮਣੇ ਦੇਖਦੇ ਹਾਂ ਵੀ ਮਾਨੂਕੇ ਵਾਲਾ ਨੌਜਵਾਨ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ। ਹੁਣ ਦੇਖਾਂਗੇ ਵੀ ਕੀ ਫੈਸਲਾ ਹੋਵੇਗਾ। 30 ਸਕਿੰਟਾਂ ਦੀ ਜਿਹੜੀ ਟੱਕ ਟੱਕ ਜਾਰੀ ਹੈ ਔਰ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ। ਲਓ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਨੌਜਵਾਨ ਵਾਧਾ ਹੋਇਆ ਖੇਡ ਮੈਦਾਨ ਦੇ ਵਿੱਚ। ਆਪਾਂ ਦੇਖਦੇ ਹਾਂ ਵੀ ਗੱਭਰੂ ਅਗਲੀ ਕਬੱਡੀ ਪਾਉਂਦਾ ਹੋਇਆ। ਚਾਰ ਜਾਫੀ ਕਹਿੰਦੇ ਵੀ ਪੂਰੀ ਵਿਉਤਬੰਦੀ ਬਣਾਈ ਹੋਈ ਹੈ ਵੀ ਕਿਹਨੇ ਲੱਗਣਾ ਤੇ ਕਿਹਨੇ ਪਿੱਛੇ ਨੂੰ ਹਟਣਾ, ਇਹਦੇ ਸਮੇਂ ਨੇ ਦੱਸਣਾ ਵੀ ਪੁਆਇੰਟ ਕਿਹੜੀ ਟੀਮ ਦੇ ਹਿੱਸੇ ਜੁੜੇਗਾ। ਲਓ ਸਾਹਮਣੇ ਪੁਆਇੰਟ ਸੈਦੋ ਕਿਆਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਘੋਲੀਏ ਦੀ ਟੀਮ ਨੂੰ ਬੇਨਤੀ ਹੈ ਵੀ ਘੋਲੀਏ ਦੀ ਟੀਮ ਜਲਦੀ ਖੇਡ ਦੇ ਮੈਦਾਨ ਵਿੱਚ ਆ ਜਾਵੇ,
ਆਪਾਂ ਬੇਨਤੀ ਕਰਦੇ ਵੀ ਘੋਲੀਏ ਦੀ ਟੀਮ ਅਗਲੇ ਮੈਚ ਦੀਆਂ ਦੋਨੇ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ, ਵੇਟਿੰਗ ਰੂਮ ਦੇ ਵਿੱਚ ਆ ਜਾਣ, ਕਿਉਂਕਿ ਵੱਡੇ ਪ੍ਰਬੰਧ ਹੈ ਤੁਹਾਡੇ ਬੈਠਣ ਦੇ ਲਈ, ਤੁਹਾਡੇ ਖੜਨ ਦੇ ਲਈ, ਔਰ ਚਾਰ ਚੁਫੇਰੇ ਜਿਹੜੇ ਮੈਟ ਵਿਛੇ ਹੋਏ ਨੇ, ਜੋ ਕੋਈ ਬੈਠਣ ਦਾ ਚਾਹਵਾਨ ਆ ਸਾਡਾ ਅਰਸ਼ਵੀਰ ਬੈਠ ਸਕਦਾ ਹੈ, ਕੁਰਸੀਆਂ ਲੱਗੀਆਂ ਹੋਈਆਂ ਨੇ, ਔਰ ਚਾਰ ਚੁਫੇਰੇ ਕਹਿੰਦੇ ਵੀ ਛਾਂ ਦਾ ਵੱਡਾ ਪ੍ਰਬੰਧ ਕੀਤਾ ਹੈ ਵੀ ਕੋਈ ਵੀ ਤਕਲੀਫ ਨਾ ਝੱਲਣੀ ਪਵੇ, ਕਿਉਂਕਿ ਜਿਹੜਾ ਲੋਕ ਹੈ ਲੋਕਾਂ ਦੇ ਵਿੱਚ ਰੱਬ ਵੱਸਦਾ ਹੈ, ਸੰਗਤ ਦੇ ਵਿੱਚ ਰੱਬ ਵੱਸਦਾ, ਚੜਾਉਂਦੇ ਵੀ ਲੋਕ ਹੈ ਤੇ ਥੱਲੇ ਲਾਉਂਦੇ ਵੀ ਲੋਕ ਹੈ, ਔਰ ਰੱਬ ਵੱਸਦਾ ਇਹਨਾਂ ਲੋਕਾਂ ਦੇ ਵਿੱਚ। ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਮੁੱਚੀ ਸੰਗਤ ਜਿੰਨੀ ਵੀ ਇਲਾਕੇ ਭਰ ਦੀ ਪਹੁੰਚੀ ਹੋਈ ਹੈ, ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਿ ਕੰਮ ਕਾਰ ਛੱਡ ਕੌਡੀ ਦੇਖਣ ਦੇ ਲਈ ਆਉਂਦੇ ਹੈ, ਖਿਡਾਰੀਆਂ ਦੇ ਹੌਸਲੇ ਲਈ ਤਾੜੀਆਂ ਵਜਾਉਂਦੇ ਹੈ, ਲੈਣ ਮੈਚਾਂ ਦੇ ਨਜ਼ਾਰੇ, ਕੋਈ ਬੈਠ ਖੜ ਕੇ ਅੱਜ ਬੋਲਦਾ ਕਬੱਡੀ ਦਾ ਜਨੂਨ ਲੋਕਾਂ ਦੇ ਯਾਰੋ ਸਿਰ ਚੜ ਕੇ। ਵਾਕਈ ਜਿਹੜਾ ਪੁਆਇੰਟ ਕਹਿੰਦੇ ਵੀ ਰੇਡਰ ਦਾ, ਸੈਦੋ ਕਹਿੰਦੀ ਟੀਮ ਦਾ ਨੌਜਵਾਨ ਕਹਿੰਦੇ ਵੀ ਗੁਰਪ੍ਰੀਤ ਸਿੰਘ ਕਿਤੇ ਰਾਜੀ ਕਬੱਡੀਆਂ ਪਾਉਂਦਾ, ਕਿਤੇ ਮੰਟੀ ਕਬੱਡੀਆਂ ਪਾਉਂਦਾ, ਟੌਪ ਦੇ ਪਲੇਅਰ ਆ ਸੈਦੋ ਕਹਿੰਦੀ ਧਰਤੀ ਦੇ। ਅਗਲੇ ਮੈਚ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਉਹ ਟੀਮਾਂ ਜਲਦੀ ਖੇਡ ਦੇ ਮੈਦਾਨ ਵਿੱਚ ਆ ਜਾਣ। ਅਗਲੇ ਮੈਚ ਦੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ, ਘੋੜੀਏ ਦੀ ਟੀਮ ਆ ਗਈ ਹੈ, ਘੱਲ ਕਲਾਂ ਦੀ ਟੀਮ ਨੂੰ ਬੇਨਤੀ ਹੈ ਵੀ ਉਹ ਟੀਮ ਜਲਦੀ ਗਰਾਊਂਡ ਦੇ ਵਿੱਚ ਆ ਜਾਵੇ। ਘੋੜੀਏ ਦੀ ਟੀਮ ਗਰਾਊਂਡ 'ਚ ਪਹੁੰਚ ਗਈ ਹੈ, ਘੱਲ ਕਲਾਂ ਦੀ ਟੀਮ ਵੇਟਿੰਗ ਰੂਮ ਦੇ ਵਿੱਚ ਕਿਰਪਾ ਕਰਕੇ ਆ ਜਾਵੇ, ਕਿਉਂਕਿ ਜਿਹੜਾ ਸਮਾਂ ਜਿਹੜੇ ਦਿਸ਼ਾ ਨਿਰਦੇਸ਼ ਸਾਡੇ ਵੀਰਾਂ ਨੇ ਜਾਰੀ ਕੀਤੇ ਹੈ ਵੀ ਟੀਮਾਂ ਆ ਕੇ ਵੇਟਿੰਗ ਰੂਮ ਦੇ ਵਿੱਚ ਬੈਠਣਗੀਆਂ, ਮੈਚ ਦਾ ਇੰਤਜ਼ਾਰ ਕਰਨਗੀਆਂ। ਚੱਲਦੇ ਮੈਚ ਦੇ ਵਿੱਚ ਕੋਈ ਵੀ ਟੀਮ ਜਿਹੜੀ ਉਹ ਐਂਟਰ ਨਹੀਂ ਹੋਣ ਦਿੱਤੀ ਜਾਵੇਗੀ ਗਰਾਊਂਡ ਦੇ ਵਿੱਚ। ਲਓ ਸੈਦੋ ਕੇ ਵਾਲਾ ਨੌਜਵਾਨ ਕਹਿੰਦੇ ਵੀ ਬੜੇ ਵਧੀਆ ਪੁਆਇੰਟ ਦਾ ਵਾਧਾ ਕਰ ਗਏ ਆਪਣੀ ਟੀਮ ਦੇ ਲਈ। ਜੇ ਪਹਿਲਵਾਨੀ ਦੀ ਗੱਲ ਕਰੀਏ ਤਾਂ ਕਹਿੰਦੇ ਵੀ ਬਾਬੇ ਬੀਗੜ ਵਰਗੇ, ਹਰਪ੍ਰੀਤ ਵਰਗੇ ਨੇ ਪਹਿਲਾਂ ਭਲਵਾਨੀ ਕੀਤੀ ਹੈ, ਫਿਰ ਸੈਦੋ ਕਹਿੰਦੇ ਵੀ ਮੋਹਣੇ ਨੇ ਦੁਨੀਆ ਹਲਾ ਕੇ ਰੱਖ ਦਿੱਤੀ, ਫਿਰ ਬਲਜੀਤ ਵਰਗੇ ਕਹਿੰਦੇ ਵੀ ਫਲੱਡ ਦੇ ਤੌਰ ਤੇ ਜਾਣੇ ਜਾਂਦੇ ਹੈ, ਨੀਲੇ ਵਰਗੇ ਕਹਿੰਦੇ ਵੀ ਆਈਟਮ ਦੇ ਤੌਰ ਤੇ ਜਾਣੇ ਜਾਂਦੇ ਹੈ, ਅੱਜ ਟੌਪ ਦੇ ਪਲੇਅਰ ਕਹਿੰਦੇ ਵੀ ਇਸ ਧਰਤੀ ਤੇ ਪੁੱਜਣੇ ਹੈ। ਲਓ ਸਾਹਮਣੇ ਜਿੱਥੇ ਕਹਿੰਦੇ ਵੀ ਵੱਡੀ ਦੇੜ ਹੈ ਆਜ਼ਾਦ ਕਬੱਡੀ ਕਲੱਬ ਘੱਲ ਕਲਾਂ ਐਡਮਿੰਟਨ ਦੀ, ਔਰ ਕਹਿੰਦੇ ਵੀ ਵੱਡੇ ਟੌਪ ਦੇ ਖਿਡਾਰੀ ਪੈਦਾ ਕੀਤੇ ਨੇ, ਹੀਰੇ ਤਰਾਸ਼ੇ ਹੈ। ਵਾਹ ਸੋਹਣੇ ਨਹਿਰੀ ਸਾਹਿਬ, ਕਿ ਲੋਕਾਂ ਦੀਆਂ ਤਾੜੀਆਂ ਤੋਂ ਪਤਾ ਲੱਗਦਾ ਲੋਕਾਂ ਦੇ ਮਨ ਲੱਗਿਆਂ ਦਾ, ਦੁਨੀਆ ਪੂਜਦੀ ਯੋਧਿਆਂ ਨੂੰ ਤੇ ਕੋਈ ਨਾਂ ਨਹੀਂ ਲੈਂਦਾ ਭੱਜਿਆਂ ਦਾ, ਦੁਨੀਆ ਪੂਜਦੀ ਯੋਧਿਆਂ ਨੂੰ ਤੇ ਕੋਈ ਨਾਂ ਨਹੀਂ ਲੈਂਦਾ ਭੱਜਿਆਂ ਦਾ। ਲਓ ਸਾਹਮਣੇ ਦੇਖਦੇ ਹੈ ਵੀ ਨੌਜਵਾਨ ਸੈਦੋ ਦੇ ਪਿੰਡ ਵਾਲਾ ਮਾਂਟੀ ਇਸ ਵੇਲੇ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ। ਹੁਣ ਚਾਰ ਜਾਫੀ ਹੈ, ਕਹਿੰਦੇ ਵੀ ਵਿਉਤਬੰਦੀ ਪੂਰੀ ਬਣਾਈ ਹੋਈ ਹੈ ਵੀ ਕਿਹਨੇ ਪਿੱਛੇ ਨੂੰ ਹਟਣਾ ਤੇ ਕਿਹਨੇ ਦੋ ਹੱਥ ਕਰਨੇ ਹੈ। ਲਓ ਇਕਬਾਲ ਸਿੰਘ ਮੱਦੋ ਦੇ ਪਿੰਡ ਦਾ ਨਹੀਂ ਮੰਨਦਾ ਵੀ ਇਹ ਟੱਚ ਲਾਉਣਾ ਪੈਣਾ, ਲਓ ਹੁਣੇ ਹੋ ਜਾਣਾ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ, ਲਓ ਲੱਗਾ ਟੱਚ। ਵਾਹ ਸੋਹਣੇ ਹੈ ਨਹਿਰੀ ਸਾਹਿਬ, ਔਰ ਪੁਆਇੰਟ ਜਿਹੜਾ ਸੈਦੋ ਕਹਿੰਦੀ ਟੀਮ ਦੇ ਹਿੱਸੇ। ਆਪਾਂ ਸਹੁੰ ਨਹੀਂ ਖਾਣੀ ਹੈ, ਬੇਨਤੀ ਹੈ ਵੀ ਜਦੋਂ ਆਖਾਂਗੇ ਉਦੋਂ ਸਹੁੰ ਖਾਣੀ ਹੈ, ਸਿਰਫ ਤੇ ਸਿਰਫ ਸਹੁੰ ਖਾਣੀ ਵੀ ਸਾਡਾ ਮੈਚ ਨਹੀਂ ਸਾਂਝਾ, ਅਸੀਂ ਮੈਚ ਫਿਕਸ ਨਹੀਂ ਕੀਤਾ, ਸਿਰਫ ਇੱਥੇ ਸਹੁੰ ਖਾਣੀ ਹੈ ਕਿਉਂਕਿ ਇਹਦਾ ਰੰਗ ਸੰਦੂਰੀ ਹੈ, ਗੋਰੀ ਚਿੱਟੀ ਹੈ, ਇਹਨੂੰ ਮੈਲੀ ਨਾ ਕਰਿਓ, ਮੇਰੇ ਪੰਜਾਬ ਦੀ ਮਿੱਟੀ ਹੈ। ਪੰਜਾਬ ਦੇ ਕਹਿੰਦੇ ਵੀ 12,778 ਪਿੰਡ ਹੈ, ਔਰ ਉਹਨਾਂ ਵਿੱਚੋਂ ਲਗਭਗ 7,000 ਪਿੰਡਾਂ ਦੇ ਵਿੱਚ ਕਬੱਡੀ ਕੱਪ ਕਰਵਾਏ ਜਾਂਦੇ ਹੈ, ਔਰ 7,000 ਪਿੰਡਾਂ ਦੇ ਵਿੱਚ ਕਹਿੰਦੇ ਵੀ ਘੱਲ ਕਲਾਂ ਦਾ ਨਾਂ ਪੂਰੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ। ਬੜੇ ਮਾਣ ਵਾਲੀ ਗੱਲ, ਬੜੇ ਫਖਰ ਦੇ ਨਾਲ ਕਹਿੰਦੇ ਵੀ ਨਾਂ ਲਿਆ ਜਾਵੇਗਾ ਘੱਲ ਕਲਾਂ ਦਾ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਡੀਆਂ ਆਸਾਂ ਨੇ। ਲਓ ਸਾਹਮਣੇ ਦੇਖਦੇ ਵੀ ਸੈਦੋ ਕੇ ਪਿੰਡ ਵਾਲਾ ਨੌਜਵਾਨ ਰਸੂਲਪੁਰੀ ਕਾਲੂ ਤੇਰਾ ਬੈਕ ਭੱਜਾ, ਔਰ ਪੁਆਇੰਟ ਸੈਦੋ ਕਹਿੰਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਘੱਲ ਕਲਾਂ ਦੀ ਟੀਮ ਦੇਖਿਓ ਵੱਡੇ ਵੀਰ ਆ ਗਈ ਹੈ, ਘੱਲ ਕਲਾਂ ਦੀ ਟੀਮ ਨਹੀਂ ਆਈ, ਦੋਨੇ ਟੀਮਾਂ ਤਿਆਰ ਰਹਿਣ, ਇਸ ਤੋਂ ਬਾਅਦ ਮੈਚ ਖੇਡਿਆ ਜਾਣਾ ਘੱਲ ਕਲਾਂ ਤੇ ਘੋੜੀਏ ਦਾ, ਕਿਸੇ ਵੀ ਟੀਮ ਦਾ ਕੋਈ ਇੰਤਜ਼ਾਰ ਨਹੀਂ ਕੀਤਾ ਜਾਣਾ, ਦੋਨੇ ਟੀਮਾਂ ਜਦੋਂ ਆਪਾਂ ਆਵਾਜ਼ ਮਾਰਾਂਗੇ ਗਰਾਊਂਡ ਦੇ ਵਿੱਚ ਆ ਜਾਣ, ਵੇਟਿੰਗ ਰੂਮ ਦੇ ਵਿੱਚ ਦੋਨੇ ਟੀਮਾਂ ਜਿਹੜੀਆਂ ਆਪਣੀ ਠਹਿਰ ਕਰਨ, ਸਟੇ ਵੇਟਿੰਗ ਰੂਮ ਦੇ ਵਿੱਚ ਹੋਵੇਗਾ, ਇਹ ਬੇਨਤੀ ਹੈ। ਚੱਲੋ ਨੌਜਵਾਨਾਂ ਪਾ ਕਬੱਡੀ, ਲਓ ਸਾਹਮਣੇ ਦੇਖਦੇ ਹੈ ਵੀ ਨੌਜਵਾਨ ਠੰਡੇ ਥਾਰ ਪਾਣੀ ਦੀ ਘੁੱਟ ਭਰੀ ਹੈ। ਲਓ ਸਾਹਮਣੇ ਦੇਖਦੇ ਵੀ ਸੈਦੋ ਕੇ ਪਿੰਡ ਵਾਲਾ ਨੌਜਵਾਨ ਅਗਲੀ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ। ਆਪਾਂ ਦੇਖਦੇ ਹਾਂ ਵੀ ਸੈਦੋ ਕੇ ਦੀ ਧਰਤੀ ਦਾ ਨੌਜਵਾਨ ਹਲਕਾ ਝੁਕਿਆ ਹੋਇਆ,
25 ਕਹਿੰਦੇ ਵੀ ਲਾਂਘਾ ਭਰੀਆਂ ਨੇ ਉਸ ਨੌਜਵਾਨ ਨੇ ਹੁਣ ਸਾਹਮਣੇ ਕਹਿੰਦੇ ਵੀ ਚਾਰ ਜਾਫੀ ਜਿਹੜੇ ਸਰਕਾਰੀ ਸਕੂਲ ਦੀਆਂ ਥੰਮਾਂ ਵਰਗੇ ਹੈ ਹੁਣ ਕੌਣ ਰੱਖੂ ਕੌਣ ਰੱਖੂ ਇਹ ਤੇ ਸਮੇਂ ਨੇ ਦੱਸਣਾ ਕਿ ਕੌਡੀ ਖੇਡਣ ਲਈ ਮਿਲਦੇ ਰਹਿਣ ਖੁੱਲੇ ਡੁੱਲੇ ਵੀਜੇ ਇਹਨਾਂ ਖਿਡਾਰੀਆਂ ਦੇ ਦਾਣੇ ਪਾਣੀ ਵਿੱਚ ਲਿਖ ਦੇ ਕੈਨੇਡਾ ਦੇ ਤੂੰ ਬਰਗਰ ਪੀਜੇ ਰਹਿਣ ਨਸ਼ਿਆਂ ਤੋਂ ਦੂਰ ਤੇ ਕਰਨ ਸਰੀਰ ਦੀ ਕੇਰ ਮਾਲਕਾ ਰੱਖੀ ਤੂੰ ਕਬੱਡੀ ਉੱਤੇ ਮੇਰ ਮਾਲਕਾ ਰੱਖੀ ਤੂੰ ਕਬੱਡੀ ਉੱਤੇ ਮੇਰ ਮਾਲਕਾ ਪਰਮਾਤਮਾ ਹਮੇਸ਼ਾ ਕਹਿੰਦੇ ਵੀ ਮੇਰ ਭਰਿਆ ਹੱਥ ਰੱਖੇ ਇਹਨਾਂ ਖਿਡਾਰੀਆਂ ਦੇ ਸਿਰਾਂ ਦੇ ਉੱਪਰ ਹੈਲੋ ਹਾਂਜੀ ਆ 70 ਕਿਲੋ ਵੇਟ ਦੀਆਂ ਟੀਮਾਂ ਦੇ ਵਿੱਚੋਂ ਬੈਸਟ ਜਾਫੀ ਫਾਈਨਲ ਮੈਚੋਂ ਇੱਕ ਕੱਢਿਆ ਜਾਣਾ ਤੇ ਦਰਸ਼ਨ ਸਿੰਘ ਡਬਈ ਵਾਲੇ ਉਹਨਾਂ ਦੇ ਸਪੁੱਤਰ ਸਵਰਗਵਾਸੀ ਪਰਮਿੰਦਰ ਸਿੰਘ ਦੀ ਯਾਦ ਵਿੱਚ ਉਹ ਬੈਸਟ ਸਟਾਪਰ ਨੂੰ ਮਤਲਬ ਸਨਮਾਨਿਤ ਕਰਨਗੇ ਫਾਈਨਲ ਮੈਚ ਵਿੱਚ ਬੈਸਟ ਸਟਾਪਰ ਕੱਢਿਆ ਜਾਣਾ ਜੀ ਨਾਲ ਹੀ ਬੈਸਟ ਜਿਹੜੇ ਸਟੋਪਰ ਡਿਕਲੇਅਰ ਕੀਤਾ ਜਾਣਾ ਵੀ ਕੌਣ ਅੱਜ ਦੇ ਕਬੱਡੀ ਕੱਪ ਦਾ ਬੈਸਟ ਸਟੋਪਰ ਹੋਵੇਗਾ ਇਹ ਸਾਡੇ ਵੀਰ ਆਪ ਜੋ ਫੈਸਲੇ ਦੇਣਗੇ ਔਰ ਢਲਦੀਆਂ ਸ਼ਾਮਾਂ ਦੇ ਨਾਲ ਫੈਸਲੇ ਹੋ ਜਾਣੇ ਵੀ ਅੱਜ ਕਿਹਨੂੰ ਮੁਬਾਰਕਬਾਦ ਮਿਲਣੀ ਹੈ ਕੌਣ ਜਿੱਤ ਕੇ ਜਾਂਦਾ ਕਹਿੰਦੇ ਵੀ ਕੱਲ ਕਲਾ ਦਾ ਕਬੱਡੀ ਕੱਪ ਕਿਹਦੇ ਕਰਦਾ ਸ਼ਿੰਗਾਰ ਬਣੇਗਾ ਉਹ ਸੋਨੇ ਰੰਗਾ ਕੱਪ ਤੇ ਸਮੇਂ ਨੇ ਦੱਸਣਾ ਕਿਉਂਕਿ ਕਬੱਡੀ ਸਮੇਂ ਦੀ ਮੁਥਾਜ ਹੈ ਤੇ ਸਾਹਮਣੇ ਦੇਖਦੇ ਵੀ ਨੌਜਵਾਨ ਸਮੇਂ ਦੇ ਵਿੱਚ ਹੀ ਮੁੜਿਆ ਵਾਪਸ ਪੁਆਇੰਟ ਆਪਣੀ ਟੀਮ ਲਈ ਜੋੜਿਆ ਹੈਲੋ ਹੈਲੋ ਜੀ ਆ ਨੋਟ ਕਰਿਓ ਕਮੈਂਟਰ ਸਾਹਿਬ ਹਾਂਜੀ ਸਰ ਸਵਰਗਵਾਸੀ ਸਰਦਾਰ ਨਾਜਰ ਸਿੰਘ ਦੀ ਯਾਦ 'ਚ ਉਹਨਾਂ ਦੇ ਪੋਤਰੇ ਗੁਰਪ੍ਰੀਤ ਸਿੰਘ ਵੱਲੋਂ ਹਾਂਜੀ ਨੋਟ ਕਰ ਲਿਆ ਜਾਵੇ ਜੀ ਸਵਰਗਵਾਸੀ ਸਰਦਾਰ ਨਾਜਰ ਸਿੰਘ ਜੀ ਕਿਸ਼ਾਲਿਕਾ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਯਾਦ 'ਚ 70 ਕਿਲੋ ਭਾਰ ਦੀਆਂ ਟੀਮਾਂ 'ਚੋਂ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਸਨਮਾਨਿਤ ਕੀਤਾ ਜਾਵੇਗਾ ਨੋਟ ਕਰੋ ਜੀ ਨਾਲ ਹੀ ਜਿਹੜੇ ਮਾਨ ਸਨਮਾਨ ਦਿੱਤੇ ਜਾਣੇ ਆ ਬੈਸਟ ਰੇਡਰ ਦੇ ਲਈ ਬੈਸਟ ਸਟੋਪਰ ਦੇ ਲਈ ਸਾਰੇ ਵੀਰਾਂ ਨੇ ਅਨਾਊਂਸ ਕਰ ਦਿੱਤਾ ਹੈ ਵੀ ਉਹਨਾਂ ਸੱਜਣਾਂ ਦੀ ਯਾਦ ਦੇ ਵਿੱਚ ਦਿੱਤੇ ਜਾਣੇ ਆ ਸਾਡੇ ਵੀਰਾਂ ਨੇ ਜਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਨਾਲ ਹੀ ਮੈਂ ਬੇਨਤੀ ਕਰਾਂਗਾ ਵੀ ਨੋਟ ਕਰ ਲਿਆ ਜਾਵੇ 16 ਤੇ 21 ਦੇ ਮੁਕਾਬਲੇ ਜਿਹੜੀ ਸੈਤੋਕਿਆਂ ਦੀ ਟੀਮ ਉਹ ਜੇਤੂ ਰਹੀ ਹੈ ਚੱਲਦੇ ਮੈਚ ਦੇ ਵਿੱਚੋਂ ਸੈਤੋਕਿਆਂ ਦੀ ਟੀਮ ਜੇਤੂ ਹੈ ਚੱਲਦੇ ਮੈਚ ਦੇ ਵਿੱਚੋਂ ਕਿਰਪਾ ਕਰਕੇ ਨੋਟ ਕਰ ਲਿਆ ਜਾਵੇ ਹੈਲੋ ਹਾਂਜੀ ਸਾਬਕਾ ਖਜ਼ਾਨਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਜਸਵੰਤ ਸਿੰਘ ਅਤੇ ਸਾਡੇ ਸੁਸਾਇਟੀ ਦੇ ਪ੍ਰਧਾਨ ਸਾਹਿਬ ਇੱਥੇ ਪਹੁੰਚ ਚੁੱਕੇ ਆ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇੱਥੇ ਸਟੇਜ 'ਤੇ ਪਹੁੰਚ ਜਾਣ ਇੱਥੇ ਸਟੇਜ 'ਤੇ ਆ ਕੇ ਉਹਨਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਮਿਹਰਬਾਨੀ ਕਰਕੇ ਉਹ ਉੱਪਰ ਸਟੇਜ 'ਤੇ ਆ ਜਾਣ ਹਾਂਜੀ ਘੋਲੀਏ ਦੀ ਟੀਮ ਆਈ ਹੋਈ ਹੈ ਘੱਲ ਕਲਾਂ ਦੀ ਟੀਮ ਕਿੱਥੇ ਹੈ ਘੱਲ ਕਲਾਂ ਦੀ ਟੀਮ ਨੂੰ ਬੇਨਤੀ ਵੀ ਉਹ ਗਰਾਊਂਡ ਦੇ ਵਿੱਚ ਆ ਜਾਵੇ ਕਿਰਪਾ ਕਰਕੇ ਘੱਲ ਕਲਾਂ ਦੀ ਟੀਮ ਗਰਾਊਂਡ ਦੇ ਵਿੱਚ ਆ ਜਾਵੇ ਨਾਲ ਹੀ ਸਾਡੇ ਵੀਰ ਕਹਿੰਦੇ ਵੀ ਜਿਹੜਾ ਰੇਡਰ ਹੈ ਜਾਂ ਵਾਧੂ ਪਲੇਅਰ ਆ ਉਹ ਬਾਕਸ ਦੇ ਵਿੱਚ ਬੈਠਣਗੇ ਰੈਫਰੀ ਵੀਰਾਂ ਨੂੰ ਬੇਨਤੀ ਹੈ ਵੀ ਜਿਹਨਾਂ ਦੀ ਜ਼ਿੰਮੇਵਾਰੀ ਕਿਰਪਾ ਕਰਕੇ ਇੱਕ ਇੱਕ ਰੈਫਰੀ ਜਿਹੜੀਆਂ ਬਾਲ ਲਾਈਨਾਂ ਨੇ ਬਾਰਡਰ ਲਾਈਨ ਤੇ ਲਾ ਦਿੱਤਾ ਜਾਵੇ ਬਾਉਂਡਰੀ ਲਾਈਨਾਂ ਤੇ ਇੱਕ ਇੱਕ ਰੈਫਰੀ ਲਾ ਦਿੱਤਾ ਜਾਵੇ ਕਿਰਪਾ ਕਰਕੇ ਮੈਚ ਕਿਉਂਕਿ ਟੌਪ ਦਾ ਖੇਡਿਆ ਜਾਣਾ ਹੈ ਆਪਾਂ ਨਹੀਂ ਚਾਹੁੰਦੇ ਵੀ ਕੋਈ ਥੋੜ੍ਹੀ ਬਹੁਤੀ ਜਿਹੜੀ ਕਿੰਤੂ ਪਰੰਤੂ ਕੋਈ ਖਿਡਾਰੀ ਕਰੇ ਕਿਉਂਕਿ ਪ੍ਰਬੰਧ ਵੱਡੇ ਖਿਡਾਰੀਆਂ ਨੂੰ ਵੀ ਮੇਰੀ ਬੇਨਤੀ ਹੈ ਵੀ ਕਿਸੇ ਨੇ ਕਿੰਤੂ ਪਰੰਤੂ ਨਹੀਂ ਕਰਨੀ ਬਹਿਸ ਨਹੀਂ ਕਰਨੀ ਤੁਸੀਂ ਅਪੀਲ ਕਰ ਸਕਦੇ ਹੋ ਪਲੇਅਰਾਂ ਨੂੰ ਬੇਨਤੀ ਹੈ ਵੀ ਅਪੀਲ ਕਰ ਸਕਦੇ ਹੋ ਉਹ ਤੇ ਸੁਣਵਾਈ ਹੋਵੇਗੀ ਪਰ ਕਿਸੇ ਨੇ ਰੈਫਰੀ ਦੇ ਨਾਲ ਬਹਿਸਬਾਜ਼ੀ ਨਹੀਂ ਕਰਨੀ ਇਹ ਮੇਰੀ ਹੱਥ ਬੰਨ ਕੇ ਬੇਨਤੀ ਹੈ ਘੋਲੀਆ ਤੇ ਘੱਲ ਕਲਾਂ ਮੈਚ ਕਹਿੰਦੇ ਵੀ ਪੂਰਾ ਟੌਪ ਦਾ ਖੇਡਿਆ ਜਾਣਾ ਹੈ ਘੋਲੀਆ ਤੇ ਘੱਲ ਕਲਾਂ ਦੀਆਂ ਟੀਮਾਂ ਦੇ ਵਿਚਕਾਰ ਕਹਿੰਦੇ ਵੀ ਪੂਰਾ ਵਧੀਆ ਮੈਚ ਖੇਡਿਆ ਜਾਣਾ ਹੈ ਹਾਂਜੀ ਆਪਣੇ ਜਿਹੜੇ ਪੁਆਇੰਟ ਦੱਸੇ ਜਾਣੇ ਇਹਨਾਂ ਵਿੱਚੋਂ ਟੀਮਾਂ ਦੇ ਹਾਂਜੀ ਕਿਹੜੀ ਟੀਮ ਜੇਤੂ ਆ 16 ਪੁਆਇੰਟ ਸੀਗੇ ਜੀ ਮਾਨੂਕਿਆਂ ਦੇ ਤੇ 21 ਪੁਆਇੰਟ ਸੀ ਸੈਦੋਕਿਆਂ ਦੀ ਟੀਮ ਦੇ ਸੈਦੋਕੇ 21 16 ਤੇ 21 ਦੇ ਮੁਕਾਬਲੇ ਜਿਹੜੀ ਟੀਮ ਉਹ ਜੇਤੂ ਰਹੀ ਸੀ ਸੈਦੋਕਿਆਂ ਦੀ ਸਮਾਂ ਜੇ ਵੱਧ ਘੱਟ ਹੋਇਆ ਤਾਂ ਸਾਡੇ ਪ੍ਰਬੰਧਕੀ ਵੀ ਅਨਾਊਂਸ ਕਰ ਦੇਣਗੇ ਤੁਹਾਨੂੰ ਹੈਲੋ ਜੀ ਟਾਈਮ ਉਹੀ ਹੈ ਜੀ ਇੱਕ ਬੇਨਤੀ ਹੈ ਵੀ ਸਾਰੀਆਂ ਟੀਮਾਂ ਦੇ ਪੁਆਇੰਟ ਜ਼ਰੂਰ ਅਨਾਊਂਸ ਕਰਿਆ ਕਰੋ ਹੈਲੋ ਹਾਂ ਵੱਡੇ ਬਾਈ 20 ਤੇ 1 21.5 20 ਤੇ 21 ਠੀਕ ਹੈ ਜੀ
ਹੈਲੋ ਜਿਹੜਾ ਦਾਇਰਾ ਬਣਿਆ ਰੇਡਰ ਉਹਦੇ ਵਿੱਚ ਖੜਨਗੇ, ਬੇਨਤੀ ਹੈ ਮੇਰੀ, ਜਿਹੜਾ ਦਾਇਰਾ ਬਣਿਆ ਹੈ ਰੇਡਰ ਉਹਦੇ ਵਿੱਚ ਖੜਨਗੇ, ਬੇਨਤੀਆਂ ਨਹੀਂ ਪੁਆਇੰਟ ਕੱਟ ਲਏ ਜਾਣਗੇ। ਹਾਂਜੀ ਬੇਨਤੀਆਂ ਸਟੇਜ ਤੇ, ਵੱਡੇ ਭਾਈ ਵੀ ਜਿਹੜੀ ਸੈਦੋਕਿਆਂ ਦੀ ਟੀਮ ਜਿੱਤੂ ਰਹੀ ਸੀ, 16 ਪੁਆਇੰਟ ਸੀ ਮਾਣੂਕਿਆਂ ਦੇ ਤੇ 21 ਪੁਆਇੰਟ ਸੀ ਸੈਦੋਕਿਆਂ ਦੀ ਟੀਮ ਦੇ। ਮੈਚ ਜਲਦੀ ਜਿਹੜਾ ਸ਼ੁਰੂ ਕਰਵਾ ਦਿੱਤਾ ਜਾਵੇ। ਆਪਣੇ ਪਿੰਡ ਵਾਲੇ ਪਾਸੇ ਜਿਹੜੀ ਉਹ ਕਾਲ ਕਲਾਂ ਦੀ ਟੀਮ ਹੈ, ਔਰ ਦੂਜੇ ਪਾਸੇ ਖੇਤਾਂ ਵਾਲੇ ਪਾਸੇ ਜਿਹੜੀ ਟੀਮ ਉਹ ਘੋਲੀਏ ਦੀ ਟੀਮ ਹੈ। ਮੈਚ ਕਹਿੰਦੇ ਵੀ ਪੂਰਾ ਟੌਪ ਦਾ ਖੇਡਿਆ ਜਾਣਾ, ਇੱਕ ਪਾਸੇ ਘੋਲੀਏ ਦੀ ਧਰਤੀ ਹੈ ਔਰ ਦੂਜੇ ਪਾਸੇ ਕਹਿੰਦੇ ਵੀ ਕਾਲ ਕਲਾਂ ਪਿੰਡ ਇਸ ਕਬੱਡੀ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ। ਅੱਜ ਵੱਡੀਆਂ ਰੌਣਕਾਂ ਲੱਗੀਆਂ ਨੇ, ਇੱਕ ਪਾਸੇ ਕਾਲ ਕਲਾਂ ਦੀ ਟੀਮ ਹੈ, ਦੂਜੇ ਪਾਸੇ ਟੀਮ ਜਿਹੜੀ ਉਹ ਘੋਲੀਏ ਦੀ ਹੈ। ਔਰ ਨਾਲ ਹੀ ਬੇਨਤੀ ਹੈ ਜੋ ਸਟੇਜ ਤੇ ਸਾਡੇ ਸਤਿਕਾਰਯੋਗ ਵੀਰ ਬੈਠੇ ਆ ਵੀ ਅਗਲੀਆਂ ਟੀਮਾਂ ਵੀ ਅਨਾਊਂਸ ਕਰ ਦਿੱਤੀਆਂ ਜਾਣ ਕਿਰਪਾ ਕਰਕੇ, ਕਿਉਂਕਿ ਟੀਮਾਂ ਤਿਆਰ ਹੋ ਜਾਣਗੀਆਂ। ਹਾਂਜੀ ਕਬੱਡੀ ਓਪਨ ਦੀਆਂ ਟੀਮਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਐਂਟਰੀ ਫੀਸਾਂ ਜਮ੍ਹਾਂ ਕਰਵਾ ਦੇਣ ਤਾਂ ਕਿ ਅਸੀਂ ਟਾਈਆਂ ਕਰ ਸਕੀਏ ਦੁਬਾਰਾ ਫਿਰ। ਕਬੱਡੀ ਓਪਨ ਦੀਆਂ ਟੀਮਾਂ ਨੂੰ ਬੇਨਤੀ ਹੈ ਜਿਹੜੀਆਂ ਟੀਮਾਂ ਪਹੁੰਚੀਆਂ ਉਹ ਆਪਣਾ ਐਂਟਰੀ ਫੀਸਾਂ ਸਟੇਜ ਤੇ ਜਮ੍ਹਾਂ ਕਰਾਉਣ ਤਾਂ ਕਿ ਅਸੀਂ ਟਾਈਆਂ ਕਰ ਸਕੀਏ। ਓਪਨ ਦੀਆਂ ਟੀਮਾਂ ਜਲਦੀ ਐਂਟਰ ਹੋ ਜਾਣ, ਇਹ ਬੇਨਤੀ ਹੈ ਮੇਰੀ, ਓਪਨ ਦੀਆਂ ਟੀਮਾਂ ਜਲਦੀ ਐਂਟਰ ਹੋ ਜਾਣ ਕਿਉਂਕਿ ਆਪਾਂ ਸਮੇਂ ਦੇ ਨਾਲ ਹੀ ਮੈਚਾਂ ਦੀ ਸ਼ੁਰੂਆਤ ਕਰੀਏ, ਇਹ ਮੇਰੀ ਬੇਨਤੀ ਹੈ। ਲਓ ਪਰਗਟ ਕਹਿੰਦੇ ਵੀ ਐਸੇ ਨਗਰ ਦੀਆਂ ਗਲੀਆਂ ਦੇ ਵਿੱਚ ਖੇਡ ਖੇਡ ਕੇ ਜਵਾਨ ਹੋਇਆ। ਲਓ ਸਾਹਮਣੇ ਪਰਗਟ ਦੀ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ, ਕਹਿੰਦੇ ਵੀ ਅੱਜ ਮਾਨ ਸਨਮਾਨ ਵੀ ਵਿਸ਼ੇਸ਼ ਤੌਰ ਤੇ ਕੀਤਾ ਜਾਣਾ ਉਸ ਪਲੇਅਰ ਦਾ। ਲਓ ਸਾਹਮਣੇ ਦੇਖਦੇ ਵੀ ਪਹਿਲਾਂ ਹੀ ਜਿਹੜਾ ਜੱਫਾ ਖਾ ਚੁੱਕਾ ਹੈ ਔਰ ਪੁਆਇੰਟ ਘੋਲੀਏ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਲਓ ਸਾਹਮਣੇ ਦੇਖਦੇ ਵੀ ਭੋਲੂ ਘੋਲੀਏ ਵਾਲਾ ਨੌਜਵਾਨ ਅਗਲੀ ਕਬੱਡੀ ਪਾਉਣ ਦੀ ਤਿਆਰੀ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ, ਭੋਲੂ ਘੋਲੀਏ ਦੀ ਧਰਤੀ ਦਾ। ਕਹਿੰਦੇ ਵੀ ਖਿਡਾਰੀ ਵੀ ਟੌਪ ਦੇ ਪੈਦਾ ਕੀਤੇ, ਜੇ ਸਿਆਸਤ ਦੀ ਗੱਲ ਕਰੀਏ ਤਾਂ ਬਚਿੱਤਰ ਸਿੰਘ ਘੋਲੀਏ ਦਾ ਕਹਿੰਦੇ ਵੀ ਨਾਮ ਚੱਲਦਾ ਹੈ, ਔਰ ਬੇਸ਼ੱਕ ਪੰਜਾਬ ਦੀ ਗੱਲ, ਬੇਸ਼ੱਕ ਕੈਨੇਡਾ ਦੀ ਗੱਲ ਕਰੀਏ, ਜੇ ਗੀਤਕਾਰੀ ਦੀ ਗੱਲ ਕਰੀਏ ਤਾਂ ਕਹਿੰਦੇ ਵੀ ਅਮਰਦੀਪ ਗਿੱਲ ਵਰਗੇ, ਦੀਪੇ ਘੋਲੀਏ ਵਰਗੇ ਔਰ ਘੋਲੀਏ ਦੇ ਜਰਨੈਲ ਵਰਗੇ ਕਹਿੰਦੇ ਵੀ ਜਿਹੜੇ ਕਲਮ ਦੇ ਧਨੀ ਪੈਦਾ ਕੀਤੇ ਆ ਘੋਲੀਏ ਦੀ ਧਰਤੀ। ਕਹਿੰਦੇ ਵੀ ਸ਼ਹੀਦ ਬਾਬਾ ਕੀਲਾ ਸਿੰਘ ਜੀ ਦੀ ਧਰਤੀ ਹੈ। ਲਓ ਸਾਹਮਣੇ ਕਹਿੰਦੇ ਵੀ ਭੋਲੂ ਘੋਲੀਏ ਵਾਲਾ ਨੌਜਵਾਨ ਬੜੇ ਵਧੀਆ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ। ਲਓ ਸਾਹਮਣੇ ਕਹਿੰਦੇ ਵੀ ਪਿਆਰ ਦੇ ਨਾਲ ਹਨੇਰੀ ਆਖਦੇ ਨੌਜਵਾਨ ਨੂੰ, ਵਾਕਿਆ ਕਹਿੰਦੇ ਵੀ ਤੇਜ਼ ਤਰਾਰ ਖਿਡਾਰੀ ਹੈ। ਲਓ ਸਾਹਮਣੇ ਕਹਿੰਦੇ ਵੀ ਕਲਕਲਾਂ ਦੀ ਧਰਤੀ ਦਾ ਹਨੇਰੀ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ। ਮੁੱਛਫੁੱਟ ਗੱਭਰੂ ਹੈ, ਕਹਿੰਦੇ ਵੀ ਮਾੜਾ ਖੇਡ ਕੇ ਖਿਡਾਰੀ ਹੁੰਦਾ ਤਕੜਾ, ਸਿੱਧਾ ਤਕੜਾ ਨਹੀਂ ਕੋਈ ਜੰਮਦਾ, ਜਿਹੜਾ ਰਾਤੋ ਰਾਤ ਬੰਨ ਨੂੰ ਫਿਰੇ ਸਟਾਰ, ਉਹ ਬੰਦਾ ਰਹਿੰਦਾ ਨਹੀਂ ਕਿਸੇ ਕੰਮ ਦਾ, ਲੀਲਾਂ ਵਾਲਾ ਮੋਹਣਾ ਗੱਲਾਂ ਸੱਚ ਲਿਖਦਾ, ਹੌਲੀ ਹੌਲੀ ਬੰਦਾ ਪੌੜੀ ਚੜ੍ਹਨੀ ਸਿੱਖਦਾ, ਹੌਲੀ ਹੌਲੀ ਬੰਦਾ ਪੌੜੀ ਚੜ੍ਹਨੀ ਸਿੱਖਦਾ। ਪਹਿਲਾਂ ਕਹਿੰਦੇ ਵੀ ਵਜਨੀ ਕਬੱਡੀ ਖੇਡੀ ਜਾਂਦੀ ਹੈ, ਫਿਰ ਇੱਕ ਪਿੰਡ ਓਪਨ, ਫਿਰ ਅਕੈਡਮੀਆਂ ਵਿੱਚ ਪ੍ਰਵੇਸ਼ ਕਰਦੇ ਨੇ ਆਹ ਖਿਡਾਰੀ, ਤੇ ਫਿਰ ਜਹਾਜ਼ਾਂ ਦੇ ਝੂਟੇ ਮਿਲਦੇ ਆ, ਜਿਹੜਾ ਇੰਗਲੈਂਡ ਖੇਡਦਾ ਪਾਉਂਡ ਮਿਲਦੇ ਆ, ਤੇ ਜਿਹੜਾ ਕਹਿੰਦੇ ਵੀ ਕੈਨੇਡਾ ਖੇਡਦਾ ਡਾਲਰ ਮਿਲਦੇ ਆ, ਜਿਹੜਾ ਯੂਰਪ ਖੇਡਦਾ ਯੂਰੋ ਮਿਲਦੇ ਆ, ਜਿਹੜਾ ਭਾਰਤ ਖੇਡਦਾ ਉਹਨੂੰ ਰੁਪਈਏ ਮਿਲਦੇ ਆ, ਅੱਜ ਰੁਪਈਏ ਮਿਲਣੇ ਆ। ਪ੍ਰਗਟ ਦੀ ਅਗਲੀ ਕਬੱਡੀ ਨਾਲ ਹੀ ਸਾਡੇ ਵੀਰ ਕਹਿੰਦੇ ਵੀ ਜਿਹੜੇ ਮੈਟ ਲੱਗੇ ਹੋਏ ਆ ਕੁਰਸੀਆਂ ਮੈਟਾਂ ਤੋਂ ਪਿੱਛੇ ਕਰ ਲਈਆਂ ਜਾਣ ਕਿਰਪਾ ਕਰਕੇ। ਦਰਸ਼ਕ ਵੀਰਾਂ ਨੂੰ ਬੇਨਤੀ ਹੈ ਵੀ ਜਿਹੜੀਆਂ ਕੁਰਸੀਆਂ ਲੱਗੀਆਂ ਨੇ ਉਹ ਮੈਟ ਤੋਂ ਪਿੱਛੇ ਕਰ ਲੈਣ। ਲਓ ਸਾਹਮਣੇ ਕਹਿੰਦੇ ਵੀ ਗੁਰਵਿੰਦਰ ਨੇ ਕੋਸ਼ਿਸ਼ ਕੀਤੀ ਆ ਪਰ ਘੱਲਾਂ ਵਾਲਾ ਪਰਗਟ ਕਹਿੰਦੇ ਵੀ ਗੁੰਦਿਆ ਪਿਆ ਚਾਰ 'ਚ, ਫਿਰ ਇੱਕੋ ਜਿਹਾ ਸਰੀਰ ਹੈ। ਕਹਿੰਦੇ ਵੀ ਨੌਜਵਾਨ ਪ੍ਰਗਟ ਘੱਲਾਂ ਵਾਲਾ ਬੜੇ ਵਧੀਆ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ। ਲਓ ਸਾਹਮਣੇ ਕਹਿੰਦੇ ਵੀ ਭੋਲੂ ਨੌਜਵਾਨ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਔਰ ਚਾਰ ਜਾਫੀ ਕਹਿੰਦੇ ਵੀ ਘੱਲਾਂ ਦੀ ਧਰਤੀ ਰਿਹਾ। ਲਓ ਸਾਹਮਣੇ ਦੇਖਦੇ ਆ ਵੀ ਹੁਣ ਕੌਣ ਡੱਕੂ ਕੌਣ ਰੱਖੂ, ਨਹੀਂ ਰਿਸਾ ਕਿ ਬੈਠਾ ਕੰਧਾਂ ਕੋਲੋਂ ਥਾਪੀਏ ਤੂੰ ਮਾਰਦਾ, ਪਤਾ ਲੱਗ ਜਾਣਾ ਤੁਲ ਹੋ ਭਾਰ ਦਾ, ਜਦੋਂ ਟੱਕਰਿਆ ਕੋਈ ਭੈੜੇ ਪਰਿਵਾਰ ਦਾ ਤੇ ਕਿਤੇ ਵੀ ਨਹੀਂ ਜੀ ਲੱਗਦਾ, ਘੋੜੀ ਘੋੜੀਆਂ ਜੇ ਦੇਖ ਲਈ ਭਜਾ ਕੇ ਤੇ ਘਰੇ ਪਤਾ ਕੀ ਲੱਗਦਾ, ਘੋੜੀ ਘੋੜੀਆਂ ਜੇ ਦੇਖ ਲਈ ਭਜਾ ਕੇ ਤੇ ਘਰੇ ਪਤਾ ਕੀ ਲੱਗਦਾ। ਕਈ ਕਹਿੰਦੇ ਵੀ ਗਰਾਊਂਡਾਂ ਦੇ ਵਿੱਚ ਪਤਾ ਲੱਗਦਾ ਵੀ ਕੈਮਨ ਚੜ੍ਹਦੀ ਹੈ, ਗੁਰਵਿੰਦਰ ਸਿੰਘ ਫੜਦਾ ਗੁੱਟ ਪਿਆਰ ਦੇ ਨਾਲ ਕਮਾਂਡੋ ਆਖਦੇ ਹੈ, ਔਰ ਪੁਆਇੰਟ ਕਹਿੰਦੇ ਵੀ ਕੱਲਾਂ ਵਾਲਾ ਹਨੇਰੀ ਆਪਣੀ ਟੀਮ ਲਈ ਜੋੜਦਾ ਹੋਇਆ। ਵਾਕਈ ਕਹਿੰਦੇ ਵੀ ਮੁੰਡਾ ਵਾਹ ਵਰੋਲਾ ਹੈ ਔਰ ਕੱਲਾਂ ਵਾਲਾ ਹਨੇਰੀ ਕਹਿੰਦੇ ਵੀ ਬੜੇ ਵਧੀਆ ਪੁਆਇੰਟ ਦਾ ਵਾਧਾ ਕਰ ਗਿਆ ਆਪਣੀ ਟੀਮ ਦੇ ਲਈ। ਲਓ ਦੇਖਾਂਗੇ ਵੀ ਅਗਲੀ ਕਬੱਡੀ ਘੋਲੀਏ ਵਾਲਾ ਨੌਜਵਾਨ, ਇੱਕ ਪਿੰਡ ਓਪਨ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਉਹ ਟੀਮਾਂ ਜਲਦੀ ਐਂਟਰ ਹੋ ਜਾਣ, ਇੱਕ ਅੱਧੇ ਮਿੰਟ ਦੇ ਵਿੱਚ ਜਿਹੜੀਆਂ ਟਾਈਆਂ ਕੱਢ ਦਿੱਤੀਆਂ ਜਾਣੀਆਂ, ਇਹ ਬੇਨਤੀ ਹੈ ਵੀ ਇੱਕ ਪਿੰਡ ਓਪਨ ਦੀਆਂ ਟੀਮਾਂ ਜਲਦੀ ਐਂਟਰ ਹੋ ਜਾਣ ਕਿਰਪਾ ਕਰਕੇ।
लो सामने परगट सिंह नौजवान कहते भी कबड्डी पा रहा खेड मैदान परगट सिंह की पाई हुई कबड्डी खेड मैदान है चार जाफी है लो सामने देखते भी सुखा इस वेले बहुत सोहनी करता हुआ कोशिश कला वाले परगट की पाई हुई कबड्डी गल कसूती बन गई लो सामने कहते भी लगता हुआ ताब का जाफा और खिचा तो जी जारी है स्ट्रगल जारी है संघर्ष जारी है और पॉइंट जोड़ा घोलीए की टीम के हिस्से है घोलिया पिंड कहते भी बहुते घर गिलों के वसद है कुछ घर धालीवाल के है कुछ घर सिद्धुआ के है पर ज्यादा घर कहते भी गिलों के वसद है घोलिया पिंड शहीद बाबा कीला सिंह जी की पावन ते पवित्र धरती है लो सामने उस पिंड का नौजवान कहते भी भोलू कबड्डी पा रहा है अज बिट्टू नहीं आया नहीं बिट्टू की जी बड़ी घाट महसूस कर रही है घोलीए की टीम देखते भी नौजवान फौजी भैनी बहीए पिंड वाला इशारा करता भी पॉइंट जरा भोलू के हिस्से है फौजी भैनी बहीए वाला कहते भी 2 करोड़ के कबड्डी कप से भी विसलां मारिया ने फौजी भैनी बहीए वाला साडा रैफरी वीर है आप धन्यवाद करते हैं लो हनेरी नौजवान कहते भी कबड्डी पा रहा है लो सामने कहते भी मुंडा ढा के उत्ते बह गया है जिमें कहते भी पठिया वाली रेहड़ी लद के भैया पंड से बहना होंगे लो सामने लगता हुआ ताब का जैफा और जोड़ा समा बीतता जा रहा है एक पास कलों वाला हनेरी है दूजे पास कहते भी गुरविंदर सिंह है लोग कमांडो आखते हैं नहीं रिस है दुगाल के बिट्टू वगू कहते भी कैंची ला के हाथ छड़ दिते है और पॉइंट जोड़ा घोलीए की टीम के हिस्से है घोलीए की टीम के हिस्से बड़े वधिया पॉइंट का वाधा होंदा हुआ लो सामने वेखते भी हूँ घोलीए की धरती का नौजवान कबड्डी पाँदा हुआ लो भी कलों वाले तुम भी अपने आप में खब्बी खान कहाने हो उन्होंने कहते भी तुहाड़ा ढाया तो आने सुक्का ना जाए सवाद ताए जे ढा के हिक तो बहने हो है किसी दिया बाहों के दम है कोई माई का लाल जोड़ा शेर के जवाड़ियों के हाथ पावे कि काले पानी मौत में खत किसने पाया बदला ले ली जौड़िया जे माँदा जाया वाकई मारिया पंप जो काम आ गया पर प्यार के भरावो दोनों मैं एको जो तुम पर कई बार जी उन्नी की करनी पैंती है लो सामने इस जाफी के लिए दिशे पंडित वालों 100 रुपया पहुंचता हुआ आप धन्यवाद करते हैं इस जाफी के लिए दिशे पंडित वालों 100 रुपया पहुंचता हुआ आप धन्यवाद करते हैं लो सामने 2 नंबर तो कहते भी बहुत सोहनी कोशिश है इकबाल सिंह मद्दो के पिंड का इशारा करता भी पॉइंट जोड़ा जाफिया के हिस्से है घोलीए की टीम के हिस्से बड़े वधिया पॉइंट का वाधा होंदा हुआ नाल ही एक पिंड ओपन दी टीमों बेनती है भी अगले मैचों के लिए ग्राउंड जी आप उन्होंने हवाले कर देनी है ये बेनती है ओपन दी टीम जी जल्द ही एंटर हो जाए साढ़े भी रिटाइया जीडिया परचिया फोल्ड करी बैठे है लो सामने देखते भी भोलू नौजवान के रोड़ों तो भोलू घोलीए वाला बहुत सोहने पॉइंट का वाधा करता अपनी टीम के लिए परगट की पाई हुई कबड्डी खेड मैदान के परगट कलों की धरती का नौजवान कहते भी अगली कबड्डी पाने के लिए वाधा होया खेड मैदान के नाल ही कहते भी जो फाइनल 70 किलो के बेस्ट रेडर तो बेस्ट जाफी कढ़े जा रहे हैं 3-3 फुट के कहते भी कप दिते जा रहे हैं स्वर्गवासी सरदार नाजर सिंह जी उन कशाली का सरदार नाजर सिंह जी कशाली का उन्होंने याद उन्होंने पोतरे गुरप्रीत गोरा कनेडा उहदे वल्लों कहिंदे भी बेस्ट रेडर ते बेस्ट जाफी नूं 3-3 फुट दे जिहड़े कबड्डी कप दित्ते जाणे आ नाल ही कहिंदे भी परगट सिंह कलकलां दा भी मान सम्मान कीता जाणा विशेष तौर ते लो सामने कहिंदे भी करता गड्डा डाइयां ते कल्लां वाला कहिंदे करांदा बल्ले बल्ले इक लत्त तां ते दूजी थल्ले लो सामने देखदे भी पॉइंट जिहड़ा कल्लां दी टीम दे हिस्से जुड़दा होया कलकलां दी टीम दे हिस्से बहुत सोहणे पॉइंट दा वाधा हुंदा होया लो देखांगे भी अगली कबड्डी हुण लो सामने देखते भी कल्ला वाला नौजवान अगली कबड्डी पाँदा हुआ खेड मैदान के लो पिंदी की पाई हुई कबड्डी और चार जाफी कहते भी घोलीए की धरती के एक पास सुखा के दूजे पास कहते भी गुरविंदर सिंह है कोई कमांडो आखद लो सामने देखते भी पिंदी कल्ला वाला नौजवान दिशे वालों ये 50 रुपये है दिशे वालों पिंदी के लिए 50 रुपये आप धन्यवाद करते हैं बड़े मान सम्मान जोड़े इन्होंने प्लेयर के लिए साढ़े वीर दे रहे हैं आप विशेष तौर पर धन्यवाद करते हैं वाकई कहते भी जी लख लख की कबड्डी है खेड मैदान के भोलू नौजवान घोलीए वाला कहते भी अगली कबड्डी पाने के लिए वाधा होया सामने कहते भी भोलू घोलीए वाले की पाई हुई कबड्डी और पॉइंट जरा घोलीए के हिस्से है अगली कबड्डी देखेंगे भी परगट सिंह नौजवान परगट सिंह कहते भी अगली कबड्डी पाने की तैयारी करता हुआ बिल्कुल खेड मैदान के
ਪ੍ਰਗਟ ਦੀ ਪਾਈ ਹੋਈ ਕਬੱਡੀ ਜਿਵੇਂ ਕਹਿੰਦੇ ਵੀ ਸੋਨੇ ਵਰਗਿਆਂ ਦਾ, ਨੌਜਵਾਨ ਕਹਿੰਦੇ ਵੀ ਅਮਨਦੀਪ ਅੰਬੂ ਵਰਗਿਆਂ ਦਾ, ਨੌਜਵਾਨ ਲੱਖੇ ਵਰਗਿਆਂ ਦਾ, ਕਹਿੰਦੇ ਵੀ ਮੰਗਲ ਵਰਗਿਆਂ ਦਾ ਨਾਂ ਚੱਲਦਾ ਉਸੇ ਜਸਕਰਨ ਵਰਗੇ, ਪ੍ਰਗਟ ਵਰਗੇ ਕਹਿੰਦੇ ਵੀ ਟਾਪ ਦੇ ਪਲੇਅਰ ਹੈ। ਨਾ ਉਹ ਦੇਖਾਂਗੇ ਵੀ ਕੁਲਦੀਪ ਸਿੰਘ ਚੰਨਣਵਾਲ ਪਿੰਡ ਦਾ ਹੁਣ ਕੀ ਇਸ਼ਾਰਾ ਕਰੇਗਾ ਤੇ ਸਮੇਂ ਨੇ ਦੱਸਣਾ ਹੈ। ਨਾ ਉਹ ਸਾਹਮਣੇ ਦੇਖਦੇ ਵੀ ਲੱਗਦਾ ਹੋਇਆ ਤਕੜਾ ਜੱਫਾ ਗੁਰਵਿੰਦਰ ਘੋੜੀਏ ਵਾਲਾ, ਨੌਜਵਾਨ ਲਾਹ ਤਕੜਾ ਜੱਫਾ ਬੱਲੇ ਬੱਲੇ ਕਰਵਾ ਗਿਆ ਆਪਣੀ ਟੀਮ ਦੇ ਲਈ। ਇਹ ਲੈਂਕਣਾ ਲੈਂਕਣਾ ਇਕਬਾਲ ਜੀ ਲੈਂਕ ਸਿਸਟਮ ਆ ਜੀ ਚਾਰ ਚੁਫੇਰੇ, ਕਿਉਂਕਿ ਜਿਹੜਾ ਸੈਂਟਰ ਹੈ ਉਹ ਟੱਚ ਫਸਟ ਆਊਟ ਹੈ, ਪਹਿਲਾਂ ਹੀ ਡਿਕਲੇਅਰ ਕਰ ਦਿਓ ਖਿਡਾਰੀਆਂ ਨੂੰ, ਤੁਸੀਂ ਦੱਸ ਦਿਓ ਕਈ ਵਾਰੀ ਦਰਸ਼ਕ ਵਿੱਚ ਇੰਟਰਫੇਅਰ ਕਰਦੇ ਆ, ਇਹ ਫਸਟ ਆਊਟ ਨਹੀਂ ਹੈਗਾ, ਇਹ ਲੈਂਕ ਸਿਸਟਮ ਹੈ। ਇਹ ਬੇਨਤੀ ਹੈ ਜੇ ਰਮਣਾ ਜੱਫਾ ਲਾਵੇ ਤਾਂ ਦਿਸ਼ਾ ਕਹਿੰਦਾ ਵੀ ਆਪਾਂ 100 ਰੁਪਈਆ ਦੇਵਾਂਗੇ। ਲੋ ਸਾਹਮਣੇ ਦੇਖਦੇ ਵੀ ਨੌਜਵਾਨ ਸੁੱਖਾ ਇਸ ਵੇਲੇ ਘੋੜੀਏ ਵਾਲਾ ਬਹੁਤ ਸੋਹਣੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ। ਚਾਰ ਚੁਫੇਰੇ ਲੈਂਕਾ, ਇਹ ਟੀਮਾਂ ਧਿਆਨ ਦੇਣ ਕਿਰਪਾ ਕਰਕੇ, ਕਿਉਂਕਿ ਸਾਡੇ ਦਰਸ਼ਕ ਵੀਰ ਵੀ ਬਾਅਦ ਦੇ ਵਿੱਚ ਇੰਟਰਫੇਅਰ ਕਰਦੇ ਆ, ਕਈ ਵਾਰੀ ਫਸਟ ਆਊਟ ਦਾ ਭੁਲੇਖਾ ਪੈ ਜਾਂਦਾ। ਮੇਰੀ ਬੇਨਤੀ ਹੈ ਵੀ ਚਾਰ ਚੁਫੇਰੇ ਲੈਂਕ ਹੈ ਔਰ ਤੁਸੀਂ ਹੱਥ ਫੜ ਕੇ ਬਾਹਰ ਨਹੀਂ ਲਵਾ ਸਕਦੇ, ਹੱਥ ਫੜ ਕੇ ਬਾਹਰ ਨਹੀਂ ਲਵਾ ਸਕਦੇ ਜੀ, ਮੇਰੀ ਬੇਨਤੀ ਹੈ। ਜੇ ਰਮਣਾ ਜੱਫਾ ਲਾਵੇਗਾ ਤੇ ਰਾਜਵੀਰ ਸ਼ਰਮੇ ਵੱਲੋਂ 100 ਰੁਪਈਆ ਦਿੱਤਾ ਜਾਵੇਗਾ। ਲਓ ਸਾਹਮਣੇ ਦੇਖਦੇ ਵੀ ਭੋਲੂ ਨੌਜਵਾਨ ਕਬੱਡੀ ਪਾ ਰਿਹਾ, ਸਾਹਮਣੇ ਭੋਲੂ ਦੀ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ ਔਰ ਸਾਹਮਣੇ ਦੇਖਦੇ ਵੀ ਹੁਣ ਨੌਜਵਾਨ ਫੌਜੀ ਭੈੜੀ ਪਾਈਏ ਵਾਲਾ ਸੱਚੀ ਬੋਲੀ ਬੋਲਦਾ ਇਸ ਜਾਫੀ ਦੇ ਲਈ। 50 ਰੁਪਈਏ ਸਾਡੇ ਵੀਰ ਦਿਸ਼ਾ ਪੰਡਿਤ ਉਹਦੇ ਵੱਲੋਂ ਹੈ, 50 ਰੁਪਈਏ ਇਸ ਜਾਫੀ ਦੇ ਲਈ। ਕਿ ਰਾਤੀ ਸੁੱਤੀ ਪਈ ਨੂੰ ਸੀ ਆਇਆ ਸੁਪਨਾ ਤੇ ਸੁਪਨੇ ਵਿੱਚ ਨਾ ਤੂੰ ਗਿਆ ਕਿਸੇ ਕੋਲੋਂ ਫੜਿਆ, ਉਹ ਧਰਤੀ ਪਿੰਡ ਕਲ ਕਲਾਂ ਦੀ ਤੇ ਨੋਟਾਂ ਦਾ ਸੀ ਤੇਰੇ ਉੱਤੇ ਮੀਂਹ ਵਰਿਆ, ਸੁਪਨੇ ਤੂੰ ਕਰਕੇ ਦਿਖਾ ਦੇ ਸੱਚ ਵੇ, ਬਦਲੀ ਤਕਦੀਰ ਸਿੱਧਾ ਗੇੜ ਬਣ ਜਾ, ਕੁੱਖੋਂ ਜਾਏ ਪਾਈ ਮਾਖ ਦੀ ਕਿ ਪੁੱਤਾ ਬਸ ਕੌਡੀ ਦਾ ਪਲੇਅਰ ਬਣ ਜਾ, ਕੁੱਖੋਂ ਜਾਏ ਪਾਈ ਮਾਖ ਦੀ ਕਿ ਪੁੱਤਾ ਬਸ ਕੌਡੀ ਦਾ ਪਲੇਅਰ ਬਣ ਜਾ। ਹਰ ਇੱਕ ਮਾਂ ਦਾ ਸੁਪਨਾ ਬਣ ਗਿਆ ਵੀ ਉਹਦਾ ਪੁੱਤ ਸਟਾਰ ਬਣ ਜਾਵੇ ਕਬੱਡੀ ਦਾ, ਦੁਨੀਆ ਸਲਾਮਾ ਕਰੇ। ਲਓ ਸਾਹਮਣੇ ਕਹਿੰਦੇ ਵੀ ਸੁੱਖਾ ਨਾਮ ਹੈ ਕਬੱਡੀ ਦੇ ਸੱਜਰੇ ਤੂਫਾਨ ਦਾ, ਪੁੱਤ ਜਿਨ੍ਹਾਂ ਮਾਵਾਂ ਦੇ ਕਬੱਡੀ ਖੇਡਦੇ ਨਾਂ ਉੱਚਾ ਹੋ ਜੇ ਸਾਰੇ ਖਾਨਦਾਨ ਦਾ, ਪੁੱਤ ਜਿਨ੍ਹਾਂ ਮਾਵਾਂ ਦੇ ਕਬੱਡੀ ਖੇਡਦੇ ਨਾਂ ਉੱਚਾ ਹੋ ਜੇ ਸਾਰੇ ਖਾਨਦਾਨ ਦਾ। ਲਓ ਸਾਹਮਣੇ ਦੇਖਦੇ ਹਾਂ ਵੀ ਹੁਣ ਘੋੜੀਏ ਵਾਲੇ ਦੀ ਪਾਈ ਹੋਈ ਕਬੱਡੀ, ਗੁਰਮੀਤ ਸਿੰਘ ਨਾਮ ਹੈ ਕਹਿੰਦੇ ਨੌਜਵਾਨ ਜਾਫੀ ਦਾ ਜਿਹਨੇ ਹੁਣ ਜੱਫਾ ਲਾਇਆ, ਲਾਹ ਤਕੜਾ ਜੱਫਾ ਬੱਲੇ ਬੱਲੇ ਕਰਵਾ ਗਿਆ ਆਪਣੀ ਟੀਮ ਦੇ ਲਈ। ਲਓ ਪਿੰਦੀ ਕਹਿੰਦੇ ਵੀ ਰਾਜੂ ਮਨੀਲਾ ਵੱਲੋਂ 100 ਰੁਪਈਆ ਗੁਰਮੀਤ ਦੇ ਲਈ ਪਹੁੰਚਿਆ, ਆਪਾਂ ਧੰਨਵਾਦ ਕਰਦੇ ਹਾਂ। ਜਿਹੜੇ ਵੀਰਾਂ ਵੱਲੋਂ ਮਾਨ ਸਨਮਾਨ ਪੁੱਜ ਰਹੇ ਆਪਾਂ ਧੰਨਵਾਦ ਕਰਦੇ, ਕਿਉਂਕਿ ਪਿੰਡ ਦੀ ਟੀਮ ਖੇਡ ਰਹੀ ਹੈ, ਵੱਡੇ ਆਦਰ ਸਤਿਕਾਰ ਬਖਸ਼ੇ ਜਾ ਰਹੇ ਹੈ, ਕਿਉਂਕਿ ਹੌਸਲਾ ਜਿਹੜਾ ਜ਼ਰੂਰੀ ਹੈ, ਜਿਹੜਾ ਥਾਪੜ ਆ ਉਹ ਜ਼ਰੂਰੀ ਹੈ ਔਰ ਵਾਕਈ ਜਿਹੜੀਆਂ ਹਿੱਕਾ ਥਾਪੜਦੇ ਆ ਸਾਡੇ ਵੀਰ ਥਾਪੀਆਂ ਦਿੰਦੇ, ਆਪਾਂ ਧੰਨਵਾਦ ਕਰਦੇ, ਮਾਨ ਸਨਮਾਨ ਬਖਸ਼ਦੇ ਹੈ। ਲਓ ਸਾਹਮਣੇ ਦੇਖਦੇ ਵੀ ਢੋਲੂ ਨੌਜਵਾਨ ਕਬੱਡੀ ਪਾ ਰਿਹਾ, ਮੁੰਡਾ ਸੋਹਣਾ ਜਿਹਾ ਕੌਡੀਆਂ ਪਾਵੇ ਤੇ ਤਿਪ ਤਿਪ ਚੋਵੇ ਮੁੜਕਾ, ਮੁੰਡਾ ਸੋਹਣਾ ਜਿਹਾ ਕੌਡੀਆਂ ਪਾਵੇ ਤੇ ਤਿਪ ਤਿਪ ਚੋਵੇ ਮੁੜਕਾ। ਲਓ ਸਾਹਮਣੇ ਢੋਲੂ ਘੋੜੀਏ ਵਾਲਾ ਨੌਜਵਾਨ ਬਹੁਤ ਸੋਹਣੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਦੇ ਲਈ। ਕਿ ਰੋੜਿਆਂ ਤੋਂ ਯਾਰ ਅੱਜ ਰੋਜਰ ਚਵਾੜਤੀ, ਪ੍ਰਵਾਸੀ ਪੰਜਾਬੀਆਂ ਨੇ ਕਰ ਮਿਹਨਤ ਇਹਦੀ ਗੁੱਡੀ ਅੰਬਰਾਂ 'ਚ ਚਾੜਤੀ, ਸੁੱਖੀ ਸਾਦੀ ਵਸਣ ਪੰਜਾਬੀ ਦਲੇਰ ਮਾਲਕਾ, ਰੱਖੀ ਤੂੰ ਕਬੱਡੀ ਉੱਤੇ ਮੇਰ ਮਾਲਕਾ, ਰੱਖੀ ਤੂੰ ਕਬੱਡੀ ਉੱਤੇ ਮੇਰ ਮਾਲਕਾ। ਪਰਮਾਤਮਾ ਹਮੇਸ਼ਾ ਕਹਿੰਦੇ ਵੀ ਮੇਹਰ ਭਰਿਆ ਹੱਥ ਰੱਖੇ ਇਹਨਾਂ ਖਿਡਾਰੀਆਂ ਦੇ ਸਿਰਾਂ ਦੇ ਉੱਪਰ, ਕਿਉਂਕਿ ਅੱਜ ਸਾਰਾ ਦਿਨ ਜਿਹੜੀ ਬੱਲੇ ਬੱਲੇ ਹੋਣੀ ਹੈ, ਅੱਜ ਕਹਿੰਦੇ ਵੀ ਇਤਿਹਾਸ ਰਚਿਆ ਜਾਣਾ ਹੈ, ਕੱਲਾਂ ਦੀ ਧਰਤੀ ਕਹਿੰਦੇ ਵੀ ਪੂਰੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ, ਮੋਗੇ ਜ਼ਿਲ੍ਹੇ ਨੂੰ ਮਾਣ ਹੈ, ਪੂਰੇ ਪੰਜਾਬ ਨੂੰ ਮਾਣ ਹੈ, ਪੂਰੀ ਦੁਨੀਆ ਨੂੰ ਮਾਣ ਹੈ। ਰਮਣਾ ਜਿੰਨੇ ਜੱਫੇ ਲਾਵੇਗਾ ਦਿਲਬਰ ਐਨ ਆਰ ਆਈ ਵੱਲੋਂ 100 ਰੁਪਇਆ ਦਿੱਤਾ ਜਾਵੇਗਾ, ਰਮਣਾ ਜਿੰਨੇ ਵੀ ਜੱਫੇ ਲਾਵੇਗਾ। ਲਓ ਸਾਹਮਣੇ ਦੇਖਦੇ ਵੀ ਨੌਜਵਾਨ ਢੋਲੀਏ ਵਾਲਾ ਲਾ ਹਲਕਾ ਟੱਚ ਫੁੱਲ ਵਰਗਾ, ਕੁਲਦੀਪ ਸਿੰਘ ਕਹਿੰਦੇ ਵੀ ਨੌਜਵਾਨ, ਔਰ ਦੇਖਦੇ ਵੀ ਨਾਲ ਫੌਜੀ ਭੈਣੀ ਬਾਈਏ ਵਾਲਾ ਇਸ਼ਾਰਾ ਕਰਦਾ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਹੈ। ਲਓ ਪਿੰਦੀ ਦੀ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ ਔਰ ਸਾਡੇ ਵੀਰ ਸੋਨੇ ਵਰਗੇ ਕਹਿੰਦੇ ਵੀ ਟੌਪ ਤੇ ਪਲੇਅਰ ਹੈ, ਸੋਨੇ ਪਿਆਰੀਆਂ ਫੜਲਾਂ ਨੌਜਵਾਨ ਅੱਜ ਪੂਰੀ ਕਹਿੰਦੇ ਵੀ ਬੱਲੇ ਬੱਲੇ ਹੋਣੀ ਹੈ, ਅੱਜ ਕਹਿੰਦੇ ਵੀ ਤੇਰੇ ਚਾਚੇ ਤਾਈ ਸਾਖ ਸੰਬੰਧੀ ਸਾਰੇ ਵੀਰਾਂ ਨੇ ਕਹਿੰਦੇ ਥਾਪੀਆਂ ਦੇਣੀਆਂ, ਅੱਜ ਪੂਰੀ ਬੱਲੇ ਬੱਲੇ ਹੋਣੀ ਹੈ, ਅਮਨਦੀਪ ਅੰਬੂ ਵਰਗੇ ਖੇਡਣੇ ਹੈ, ਕਹਿੰਦੇ ਵੀ ਕੱਲਾਂ ਦੇ ਮੰਗਲ ਵਰਗੇ, ਦਵਿੰਦਰ ਵਰਗੇ, ਜਸਕਰਨ ਵਰਗੇ ਕਹਿੰਦੇ ਵੀ ਟੌਪ ਦੇ ਪਲੇਅਰ ਇਸ ਧਰਤੀ ਨੇ ਪੈਦਾ ਕੀਤੇ, ਲੱਖੇ ਵਰਗਿਆਂ ਦਾ ਨਾਂ ਚੱਲਦਾ। ਲਓ ਸਾਹਮਣੇ ਨੌਜਵਾਨ ਕਹਿੰਦੇ ਵੀ ਇਸ ਵੇਲੇ ਕਮਾਂਡੋ ਕਰਦਾ ਕੋਸ਼ਿਸ਼ ਡੱਕ ਲੈਣ ਦੀ, ਪਰ ਪਿੰਦੀ ਨੌਜਵਾਨ ਕੱਲਾ ਵਾਲਾ ਬਹੁਤ ਸੋਹਣਾ ਪੁਆਇੰਟ ਦਾ ਵਾਧਾ ਕਰਦਾ ਆਪਣੀ ਟੀਮ ਦੇ ਲਈ। ਲਓ ਦੇਖਦੇ ਵੀ ਨੌਜਵਾਨ
ਪਿੱਪੀ ਦੇ ਲਈ 100 ਰੁਪਈਆ ਰਾਜੂ ਮਨੀਲਾ ਵੱਲੋਂ ਆਪਾਂ ਧੰਨਵਾਦ ਕਰਦੇ ਹਾਂ। 100 ਰੁਪਈਆ ਪਿੱਪੀ ਦੇ ਲਈ ਪੁੱਜਾ ਰਾਜੂ ਮਨੀਲਾ ਜੀ ਉਹਨਾਂ ਵੱਲੋਂ ਹੈ। ਲਓ ਸਾਹਮਣੇ ਦੇਖਦੇ ਵੀ ਭੋਲੂ ਘੋੜੀਏ ਵਾਲਾ, ਸਾਹਮਣੇ ਦੇਖਦੇ ਵੀ ਕਬੱਡੀ ਪਾ ਰਿਹਾ ਰਾਜੂ ਵੱਲ ਖੇਡ ਮੈਦਾਨ ਦੇ ਵਿੱਚ ਭੋਲੂ ਘੋੜੀਏ ਦੀ ਧਰਤੀ ਦਾ। ਲਓ ਦੇਖਦੇ ਵੀ ਰਾਜੂ ਵੱਲ ਹਨੇਰੀ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਮਾਪਿਆਂ ਨੇ ਨਾਮ ਕਹਿੰਦੇ ਵੀ ਕੁਝ ਹੋਰ ਰੱਖਿਆ ਹੋਵੇਗਾ, ਪਰ ਕਬੱਡੀ ਦੇ ਵਿੱਚ ਲੋਕਾਂ ਨੇ ਨਾਮ ਦਿੱਤਾ ਹਨੇਰੀ। ਲਓ ਸਾਹਮਣੇ ਦੇਖਦੇ ਵੀ ਹਨੇਰੀ ਦੀ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ, ਵਾਕਈ ਕਹਿੰਦੇ ਵੀ ਸਰੀਰ ਗੁੰਦਿਆ ਹੋਇਆ। ਰੂਪ ਜੱਫਾ ਲਾਵੇ ਤੇ ਸ਼ਰਮੇ ਵੱਲੋਂ 100 ਰੁਪਈਆ ਦਿੱਤਾ ਜਾਣਾ। ਜੇ ਰੂਪ ਜੱਫਾ ਲਾਵੇਗਾ ਤੇ ਸ਼ਰਮਾ ਜੀ ਕਹਿੰਦੇ ਆਪਾਂ 100 ਰੁਪਈਆ ਦੇਵਾਂਗੇ। ਅੱਜ ਕਹਿੰਦੇ ਵੀ ਵੱਡੇ ਜਿਹੜੇ ਆਦਰ ਸਤਿਕਾਰ ਬਖਸ਼ੇ ਜਾ ਰਹੇ ਨੇ। ਲਓ ਸਾਹਮਣੇ ਦੇਖਦੇ ਵੀ ਹੁਣ 4 ਜਾਫੀ ਹੈ, ਰਮਨੇ ਵਰਗੇ, ਰੂਪ ਵਰਗੇ ਰਾਜੂਵਰ, ਜੇ ਗੁਰਮੀਤ ਵਰਗੇ, ਜੇ ਰੂਪ ਜੱਫਾ ਲਾਵੇ ਤੇ। ਲਓ ਸਾਹਮਣੇ ਰੂਪ ਨਹੀਂ ਰੀਸਿਆ, ਲਓ ਸਾਹਮਣੇ ਦੇਖਦੇ ਹੈ, ਹਾਏ ਮੇਰੀ ਜਾਨ ਖਿਲਰ ਗਈ ਭਾਣ। ਰੁਪਈਆ 100 ਦਿੱਤਾ ਜਾਣਾ ਸੀ ਜੇ ਜੱਫਾ ਲੱਗ ਜਾਂਦਾ। ਪ੍ਰਗਟ ਸਿੰਘ, ਇਹਦੇ ਨਾਲ ਹੀ ਇਹ ਮੈਚ ਸਮਾਪਤ ਹੈ। ਹਾਂਜੀ, ਬੇਨਤੀ ਹੈ ਵੀ ਜਿਹੜੇ ਸਾਡੇ ਵੀਰ ਸਟੇਜ ਤੇ ਨੋਟ ਕਰ ਰਹੇ ਹੈ, ਘੱਲਾਂ ਦੇ ਪੁਆਇੰਟ ਆ ਜੀ 12 ਤੇ ਘੋੜੀਏ ਦੇ ਪੁਆਇੰਟ ਆ 20.5। ਘੱਲਾਂ ਦੇ ਪੁਆਇੰਟ ਆ ਜੀ 12 ਤੇ ਘੋੜੀਏ ਦੇ ਪੁਆਇੰਟ ਆ 20.5। ਇਹਦੇ ਵਿੱਚੋਂ ਘੋੜੀਏ ਦੀ ਟੀਮ ਜੇਤੂ ਰਹੀ ਹੈ। ਸਾਡੇ ਸਤਿਕਾਰਯੋਗ ਵੀਰ ਨੋਟ ਕਰ ਲੈਣ ਵੀ ਘੋੜੀਏ ਦੀ ਟੀਮ ਜੇਤੂ ਰਹੀ ਹੈ 12 ਪੁਆਇੰਟ ਘੱਲਾਂ ਦੀ ਟੀਮ ਦੇ, 20.5 ਪੁਆਇੰਟ ਘੋੜੀਏ ਦੀ ਟੀਮ ਦੇ। ਘੋੜੀਏ ਦੀ ਟੀਮ ਜੇਤੂ ਰਹੀ ਹੈ। ਆਪਣੇ ਪੈਸੇ ਲੈ ਜਾਣ, ਘੱਲਾਂ ਦੀ ਟੀਮ ਨੂੰ ਬੇਨਤੀ ਵੀ ਆਪਣੇ ਪੈਸੇ ਲੈ ਜਾਓ। ਹਾਂਜੀ, ਏ ਟੀਮਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਗਰ ਕੋਈ ਟੀਮ ਇੱਥੇ ਪਹੁੰਚੀ ਹੈ ਤਾਂ ਆਪਣੀ ਟੀਮ ਜਲਦੀ ਤੋਂ ਜਲਦੀ ਐਂਟਰ ਕਰਵਾ ਦੇਵੇ, ਅਸੀਂ ਹੁਣੇ ਹੁਣੇ ਉਹਨਾਂ ਦੀਆਂ ਟਾਈਆਂ ਕੱਢ ਕੇ ਅਤੇ ਮੈਚ ਸ਼ੁਰੂ ਕਰਵਾ ਦੇਣੇ ਆ। ਬਾਕੀ ਵੇਟ ਲਿਫਟਿੰਗ, ਬੈਂਚ ਪ੍ਰੈਸ ਅਤੇ ਗੋਲਾ ਸੁੱਟਣ ਦੇ ਮੁਕਾਬਲੇ ਇਹ ਵੀ ਹੁਣੇ ਹੁਣੇ ਕਰਵਾਏ ਜਾਣੇ ਆ। ਉਹ ਜਿੰਨਾ ਵੀ ਆਪਣੇ ਪਲੇਅਰਾਂ ਨੇ ਪਾਰਟੀਸਪੇਟ ਕਰਨਾ ਉਹਦੇ ਵਿੱਚ, ਉਹ ਸਟੇਜ ਦੇ ਸਾਹਮਣੇ ਭੁਪਿੰਦਰ ਸਿੰਘ ਮਿੱਠੂ ਬੈਠਾ, ਉਹਨਾਂ ਕੋਲ ਆਪਣਾ ਨਾਂ ਲਿਖਵਾ ਦੇਣਾ ਤਾਂ ਕਿ ਉਹਨਾਂ ਦਾ ਅਰੇਂਜਮੈਂਟ ਕਰਕੇ ਅਤੇ ਉਹਨਾਂ ਦੇ ਗੇਮ ਜਿਹੜੀ ਹੈ ਉਹ ਕਰਵਾਈ ਜਾਵੇ। ਨਾਲ ਹੀ ਸੇਵਾਦਾਰ ਵੀਰਾਂ ਨੂੰ ਬੇਨਤੀ ਹੈ, ਹੱਥ ਬੰਨ ਕੇ ਵੀ ਜਿਹੜੇ ਸਾਡੇ ਵੀਰ ਜਿਨ੍ਹਾਂ ਦੀ ਗਰਾਊਂਡ ਦੇ ਵਿੱਚ ਡਿਊਟੀ ਹੈ, ਉਹਨਾਂ ਦੇ ਲਈ ਚਾਹ ਪਹੁੰਚ ਦੀ ਕਰ ਦਿੱਤੀ ਜਾਵੇ ਕਿਰਪਾ ਕਰਕੇ। ਜਿਹੜੇ ਸਾਡੇ ਸੇਵਾਦਾਰ ਵੀਰ ਹੈ ਉਹਨਾਂ ਨੂੰ ਬੇਨਤੀ ਹੈ ਵੀ ਜਿਹੜੇ ਸਾਡੇ ਵੀਰਾਂ ਦੀ ਗਰਾਊਂਡ ਦੇ ਵਿੱਚ ਡਿਊਟੀ ਹੈ ਉਹਨਾਂ ਲਈ ਚਾਹ ਪਹੁੰਚ ਦੀ ਕਰ ਦਿੱਤੀ ਜਾਵੇ ਕਿਰਪਾ ਕਰਕੇ। ਹੈਲੋ, ਹਾਂਜੀ ਮੂਵੀ ਵਾਲੇ ਵੀਰ, ਇੱਧਰ ਮਾੜਾ ਜਿਹਾ ਧਿਆਨ ਕਰਿਆ ਜੀ, ਆਪਾਂ ਬਾਹਰਲੇ ਜਿਹੜੇ ਆਪਾਂ ਨੂੰ ਸਹਿਯੋਗ ਮਿਲਿਆ ਬਾਹਰੋਂ ਉਹਨਾਂ ਦੇ ਨਾਂ ਬੋਲਣੇ ਆ। ਹਾਂਜੀ, ਹਾਂਜੀ ਆਪਾਂ ਨੂੰ
ਟੂਰਨਾਮੈਂਟ ਦੇ ਵਿੱਚ ਜਿਵੇਂ ਕਿ ਹਰ ਸਾਲ ਹੀ ਦੇਸ਼ਾਂ ਵਿਦੇਸ਼ਾਂ ਤੋਂ ਐਨ ਆਰ ਆਈ ਵੀਰ ਆਪਾਂ ਨੂੰ ਮਦਦ ਭੇਜਦੇ ਆ, ਸਹਾਇਤਾ ਕਰਦੇ ਆ, ਔਰ ਜਿਨ੍ਹਾਂ ਵੀਰਾਂ ਨੇ ਸਾਨੂੰ 1000 ਜਾਂ ਇਸ ਤੋਂ ਵੱਧ ਜੋ ਸਹਾਇਤਾ ਭੇਜੀ ਹੈ, ਜਿਨ੍ਹਾਂ ਵੀਰਾਂ ਨੇ, ਅਸੀਂ ਉਹਨਾਂ ਦਾ ਵਾਰਡ ਵਾਈਜ਼ ਜੋ ਸੂਚੀ ਸਾਡੇ ਪਾਸ ਹੈ ਅਸੀਂ ਉਹਨਾਂ ਦਾ ਵੇਰਵਾ ਦੱਸਣ ਲੱਗੇ ਹਾਂ। ਅਗਵਾੜ ਬਾਜੇ ਕਾ ਖਾਨੇ ਕਾ ਈਨੇ 1000 ਤਾਂ 1000 ਜਾਂ ਇਸ ਤੋਂ ਵੱਧ ਜੋ ਫੰਡ ਸਾਡੇ ਕੋਲ ਆਇਆ ਉਹਨਾਂ ਦੀ ਸੂਚੀ ਇਸ ਪ੍ਰਕਾਰ ਹੈ। ਵੱਡੇ ਫਲੇ ਚ ਵੀ ਲਿਖਦੇ ਹਾਂ ਜੀ, ਜੋ ਉਹਨਾਂ ਦਾਨੀ ਸੱਜਣਾਂ ਦੀ ਸੂਚੀ ਹੈ ਅਗਵਾਰਡ ਵਾਈਜ਼ ਅਸੀਂ ਬੋਲਣ ਲੱਗੇ ਹਾਂ, ਔਰ ਜੇ ਕਿਸੇ ਸੱਜਣ ਨੇ ਸਾਨੂੰ ਹੁਣ ਵੀ ਸਹਾਇਤਾ ਭੇਜਣੀ ਹੈ ਤਾਂ ਕਿਉਂਕਿ ਅਸੀਂ ਇਹ 2-3 ਵਾਰ ਅਨਾਊਂਸ ਕਰਾਂਗੇ, ਜੇ ਕੋਈ ਸੱਜਣ ਸਾਨੂੰ ਹੁਣ ਵੀ ਕੋਈ ਸਹਾਇਤਾ ਕਰਨੀ ਚਾਹੁੰਦਾ ਹੈ ਤਾਂ ਉਹ ਸਾਡੇ ਇੱਥੇ ਸਟੇਜ ਦੇ ਉੱਪਰ ਆ ਕੇ ਪਰਚੀ ਕਟਾ ਸਕਦਾ ਹੈ। ਸਰਦਾਰ ਹਰਪਾਲ ਸਿੰਘ ਅਤੇ ਸਰਦਾਰ ਚਰਨ ਸਿੰਘ ਕੈਨੇਡਾ ਵੱਲੋਂ ਉਹਨਾਂ ਦੇ ਸਵਰਗੀ ਪੁੱਤਰ ਹਰਵੀਰ ਸਿੰਘ ਦੀ ਯਾਦ ਦੇ ਵਿੱਚ 51,000 ਰੁਪਏ, ਸਰਦਾਰ ਅਜਮੇਰ ਸਿੰਘ ਅਤੇ ਪ੍ਰਗਟ ਸਿੰਘ ਮਨੀਲਾ ਉਹਨਾਂ ਵੱਲੋਂ 17,000 ਰੁਪਏ, ਸਵਰਗੀ ਸਰਦਾਰ ਮੁਖਤਿਆਰ ਸਿੰਘ ਅਤੇ ਦਰਸ਼ਨ ਸਿੰਘ ਬਿੰਕ ਵਾਲੇ 5100 ਰੁਪਏ, ਐਸ ਟੀ ਯੂਸਫ ਸਕੂਲ 5,000 ਰੁਪਏ, ਸਰਦਾਰ ਤਾਰਾ ਸਿੰਘ ਨੰਬਰਦਾਰ 2100 ਰੁਪਏ, ਸਰਦਾਰ ਬਲਦੇਵ ਸਿੰਘ ਸਾਬਕਾ ਸਰਪੰਚ 2100 ਰੁਪਏ, ਸੁਖਰਾਜ ਸਿੰਘ ਸੰਧੂ ਬਾਬਾ ਫਰੀਦ 2100 ਰੁਪਏ, ਸਰਦਾਰ ਇਕਬਾਲ ਸਿੰਘ ਬਰਾੜ ਜੇਲ੍ਹ ਸੁਪਰਡੈਂਟ 2000 ਰੁਪਏ, ਕੁਲਛੇਤਰ ਸਿੰਘ 1100 ਰੁਪਏ, ਗੁਰਦੀਪ ਸਿੰਘ ਦੀਪਾ 1100 ਰੁਪਏ, ਸਰਦਾਰ ਬਲਦੇਵ ਸਿੰਘ 1100 ਰੁਪਏ, ਪਵਨਦੀਪ ਸਿੰਘ 1100 ਰੁਪਏ, ਰਣਜੀਤ ਸਿੰਘ ਕੈਨੇਡਾ 1100 ਰੁਪਏ, ਸਵਰਗੀ ਪੰਡਿਤ ਬੀਰਪਾਲ ਸ਼ਰਮਾ 1100 ਰੁਪਏ, ਗੁਰਦੇਵ ਸਿੰਘ ਮਿੱਠੂ 1100 ਰੁਪਏ, ਮਾਸਟਰ ਬਲਦੇਵ ਸਿੰਘ ਕਾਮਰੇਡ 1100 ਰੁਪਏ, ਦਰਸ਼ਨ ਸਿੰਘ ਕਾਮਰੇਡ 1100 ਰੁਪਏ, ਸਵਰਗੀ ਸੁਖਦੇਵ ਸਿੰਘ ਕਾਮਰੇਡ 1100 ਰੁਪਏ, ਭਗਤ ਫਿਲਿੰਗ ਸਟੇਸ਼ਨ 1100 ਰੁਪਏ, ਭਜਨ ਸਿੰਘ ਬਰਾੜ 1100 ਰੁਪਏ, ਸਰਦਾਰ ਨੈਬ ਸਿੰਘ ਬਾਬਾ ਫਰੀਦ 1100 ਰੁਪਏ, ਸਰਦਾਰ ਪਰਮਿੰਦਰ ਸਿੰਘ ਕਾਂਸਟੇਬਲ 1100 ਰੁਪਏ, ਸਵਰਗੀ ਧਰਮਵੀਰ ਸਿੰਘ ਕਾਮਰੇਡ 1100 ਰੁਪਏ, ਟੈਕਸੀ ਸਟੈਂਡ ਬੱਸ ਅੱਡਾ 1100 ਰੁਪਏ, ਸਰਦਾਰ ਨਾਹਰ ਸਿੰਘ ਖਾਨੇ ਕਾ 1100 ਰੁਪਏ, ਡਾਕਟਰ ਦਿਓਲ ਬਾਬਾ ਫਰੀਦ ਏ 1100 ਰੁਪਏ, ਕਰਮ ਸਿੰਘ ਮਿੱਠੂ ਕੈਨੇਡਾ 1500 ਰੁਪਏ, ਗੁਰਮੇਲ ਸਿੰਘ ਸੇਖੋਂ ਬਾਬਾ ਫਰੀਦ ਬੀ 1000 ਰੁਪਏ, ਗੁਰਦੇਵ ਸਿੰਘ ਬਾਬਾ ਫਰੀਦ ਬੀ 1000 ਰੁਪਏ, ਬਲਵੀਰ ਸਿੰਘ ਬਾਬਾ ਫਰੀਦ ਬੀ 1000 ਰੁਪਏ,
ਅਗਵਾੜ ਮਾਨਕਾ ਸਰਦਾਰ ਟਹਿਲ ਸਿੰਘ ਵਿਰਕ ਕਨੇਡਾ 5000 ਰੁਪਏ ਸਰਦਾਰ ਖੁਸ਼ਵਿੰਦਰ ਸਿੰਘ ਕਨੇਡਾ 5000 ਰੁਪਏ ਸਰਦਾਰ ਅਵਤਾਰ ਸਿੰਘ ਸੈਕਟਰੀ 1100 ਰੁਪਏ ਪ੍ਰੀਤ ਇੰਦਰ ਸਿੰਘ ਟਿਮਸੀ 1100 ਰੁਪਏ ਸੁੱਖ ਕਬੱਡੀ ਕੋਚ 1100 ਰੁਪਏ ਅਗਵਾੜ ਸਾਫੂਕੀਆਂ ਹਵੇਲੀਆਂ ਗੁਰਪ੍ਰੀਤ ਸਿੰਘ ਗੋਰਾ 1100 ਰੁਪਏ ਅਗਵਾੜ ਖੱਤਾ ਗਦਾਈ ਸਰਦਾਰ ਸੁਰਿੰਦਰ ਸਿੰਘ 1100 ਰੁਪਏ ਸਰਦਾਰ ਗੁਰਸੇਵਕ ਸਿੰਘ 1100 ਰੁਪਏ ਸਰਦਾਰ ਹਰਚੰਦ ਸਿੰਘ 1100 ਰੁਪਏ ਸਰਦਾਰ ਗੁਰਨਾਮ ਸਿੰਘ ਸਾਬਕਾ ਸਰਪੰਚ 1100 ਰੁਪਏ ਸਰਦਾਰ ਜੋਰਾ ਸਿੰਘ ਸਾਬਕਾ ਸਰਪੰਚ 2000 ਰੁਪਏ ਅਗਵਾੜ ਕੁਸ਼ਾਲੀ ਕਾ ਸਵਰਗੀ ਨਾਜਰ ਸਿੰਘ 5100 ਰੁਪਏ ਕਮਲਜੀਤ ਸਿੰਘ ਕਬੱਡੀ ਖਿਡਾਰੀ ਕਨੇਡਾ 5000 ਰੁਪਏ ਹਰਿੰਦਰ ਸਿੰਘ ਰਾਜ ਯੂਕੇ ਪੁੱਤਰ ਅਜੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ 3100 ਰੁਪਏ ਸਰਦਾਰ ਜੋਰਾ ਸਿੰਘ ਸੰਧੂ 2100 ਰੁਪਏ ਬੇਅੰਤ ਸਿੰਘ ਸਨ ਆਫ ਸਵਰਗੀ ਕਰਨੈਲ ਸਿੰਘ 2100 ਰੁਪਏ ਗੁਰਤੇਜ ਸਿੰਘ 1000 ਰੁਪਏ ਮਹਿੰਦਰ ਸਿੰਘ ਕਨੇਡਾ 1100 ਰੁਪਏ ਸਤਿਗੁਰਦਿਆਲ ਸਿੰਘ ਸਾਬਕਾ ਸਰਪੰਚ 1000 ਰੁਪਏ ਸਰਦਾਰਾ ਸਿੰਘ ਧਾਲੀਵਾਲ 1000 ਰੁਪਏ ਸਰਦਾਰ ਹਰਬੰਸ ਸਿੰਘ ਸੰਧੂ 1000 ਰੁਪਏ ਗੁਰਵਿੰਦਰ ਸਿੰਘ 2100 ਰੁਪਏ ਗੁਰਪ੍ਰੀਤ ਸਿੰਘ ਪੁੱਤਰ ਮਾਸਟਰ ਹਜੂਰਾ ਸਿੰਘ 1100 ਰੁਪਏ ਅਗਵਾੜ ਹਿੰਮਤਪੁਰਾ ਸਵਰਗੀ ਸਰਦਾਰ ਬਿੱਕਰ ਸਿੰਘ ਭਲਵਾਨ 1100 ਰੁਪਏ ਸਰਦਾਰ ਪ੍ਰਦੀਪ ਸਿੰਘ ਕਮੇਟੀ ਮੈਂਬਰ 1100 ਰੁਪਏ ਸੁਖਪ੍ਰੀਤ ਸਿੰਘ ਸੋਨਾ ਕਨੇਡਾ 2100 ਰੁਪਏ ਸੱਜਣ ਸਿੰਘ 1100 ਰੁਪਏ ਅਗਵਾੜ ਸੰਗਤਪੁਰਾ ਗੁਰਮੀਤ ਸਿੰਘ ਐੱਲ ਆਈ ਸੀ 1100 ਰੁਪਏ ਚਰਨਜੀਤ ਸਿੰਘ ਘਾਲੀ ਤਲਵੰਡੀ ਭਾਈ 1000 ਰੁਪਏ ਮਲਕੀਤ ਸਿੰਘ ਗੱਗੀ 1100 ਰੁਪਏ ਅਗਵਾੜ ਰਾਏਕਾ ਬਲਦੇਵ ਸਿੰਘ ਸਨ ਆਫ ਤਾਰਾ ਸਿੰਘ 1000 ਰੁਪਏ ਤਰਸੇਮ ਸਿੰਘ ਬਾਠ 1100 ਰੁਪਏ ਅਗਵਾੜ ਵੱਡਾ ਫਲਾ ਪਰਮਿੰਦਰ ਸਿੰਘ ਗਿੱਲ 11000 ਰੁਪਏ ਸਤਿੰਦਰਪਾਲ ਸਿੰਘ ਗਿੱਲ 11000 ਰੁਪਏ ਦਵਿੰਦਰ ਸਿੰਘ ਗਿੱਲ 1100 ਰੁਪਏ ਹਰਿੰਦਰ ਸਿੰਘ ਗਿੱਲ 1100 ਰੁਪਏ ਪਾਲ ਸਿੰਘ ਗੁਰਦੁਆਰਾ ਕਮੇਟੀ ਮੈਂਬਰ 1100 ਰੁਪਏ ਰਜਿੰਦਰ ਸਿੰਘ ਸਨ ਆਫ ਹਾਕਮ ਸਿੰਘ 1100 ਰੁਪਏ ਭੁਪਿੰਦਰ ਸਿੰਘ ਗੁਰਦੁਆਰਾ ਕਮੇਟੀ ਮੈਂਬਰ 1100 ਰੁਪਏ ਬਲਦੇਵ ਸਿੰਘ ਸਾਬਕਾ ਕਬੱਡੀ ਖਿਡਾਰੀ 1100 ਰੁਪਏ ਮਾਸਟਰ ਬਲਜੀਤ ਸਿੰਘ 2000 ਰੁਪਏ ਸਰਦਾਰ ਸਵਰਗੀ ਅਮੀਰ ਸਿੰਘ 1100 ਰੁਪਏ ਹਰਚਰਨ ਸਿੰਘ ਗਿੱਲ ਬਾਜੇਕਾ 2100 ਰੁਪਏ ਭੁਪਿੰਦਰ ਸਿੰਘ ਮਿੱਠੂ ਪਹਿਲਵਾਨ 1000 ਰੁਪਏ ਗੁਪਤਦਾਨ 1100 ਰੁਪਏ ਦਾਰਾ ਸਿੰਘ ਯੂਕੇ ਕਬੱਡੀ ਖਿਡਾਰੀ 2100 ਰੁਪਏ ਅਗਵਾੜ ਭੂਲੇਕਾ ਬਲਵੰਤ ਸਿੰਘ ਨੰਬਰਦਾਰ 1100 ਰੁਪਏ ਬੰਤ ਸਿੰਘ 1100 ਰੁਪਏ ਗੁਰਪ੍ਰੀਤ ਸਿੰਘ ਖੇਤਾਂ ਵਾਲੇ 1100 ਰੁਪਏ ਗੁਰਮੇਲ ਸਿੰਘ ਘਾਲੀ USA 5100 ਰੁਪਏ ਚਮਕੌਰ ਸਿੰਘ ਬਾਬਾ USA 5000 ਰੁਪਏ ਦਰਸ਼ਨ ਸਿੰਘ ਦਾਰਾਪੁਰ USA 11000 ਰੁਪਏ ਰਾਜੂ ਮੋਗਾ 1100 ਰੁਪਏ ਸ਼ਿਵ ਕੁਮਾਰ 2100 ਰੁਪਏ ਯਸਪਾਲ ਗੁਪਤਾ 2100 ਰੁਪਏ ਤਾਂ ਇਹ ਸੀ ਉਹਨਾਂ ਦਾਨੀ ਸੱਜਣਾਂ ਦੀ ਸੂਚੀ ਜਿਨ੍ਹਾਂ ਨੇ ਟੂਰਨਾਮੈਂਟ ਨੂੰ ਟੂਰਨਾਮੈਂਟ ਕਮੇਟੀ ਨੂੰ ਸਵਰਗੀ ਕੁਲਬੀਰ ਸਿੰਘ ਪੁੱਤਰ ਹਰਪਾਲ ਸਿੰਘ ਅਗਵਾੜ ਕੁਸ਼ਾਲੀ ਕਾ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ 2100 ਰੁਪਏ ਹੈਲੋ
हाँ जी बूटा सिंह बाबा फरीद कंपलैक्स के विचों 1100 रुपए बूटा सिंह किड़े वार्ड चाहिए बूटा सिंह नहीं कितने नहीं जोड़ लगे बूटा सिंह बाबा फरीद कल कंपलैक्स किन्ना सी गई 1100 2000 हेलो यार केड़े चो हेलो हेलो नहीं नहीं बाजे के चो हेलो हेलो हाँ जी ये टीमों असी वार वार बेनती करते हैं कि जल्दी तो जल्दी जड़ियां टीमों ने इत्थे कोई एंट्री करवानी होवे तो साढ़े कोले आ के अपना नाल खा देन असी उन्हां दियां टाइयां कढ़न लगे हैं ता कि समय सिर उन्हां दे मैच शुरू करवाए जा सकन ये टीमां जड़ियां इत्थे पहुँच गई वो मेहरबानी करके सलाहां ना करन सानू पता लग्या भी इत्थे कुछ टीमां पहुँच चुकियां पर अजे उन्हां ने अपने नाम नहीं एंटर करवाया कृपा करके जल्दी तो जल्दी इत्थे जिहड़े साढ़े कोले आ के अपनी टीम एंटर करवा देन हेलो 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 कबड्डी ओपन दी टीमों नू बेनती है भी वो जल्दी टीमा एंटर हो जाने कृपा करके कबड्डी ओपन दी टीमों नू बेनती है ओपन दिया टीमों नू बेनती है भी वो टीमा जल्दी एंटर हो जाने कृपा करके एक अद्धे मिनट दे विच असी टाइया कढ के जिहड़े मैच आ शुरू करांगे बेनती है मेरी भी ओपन दिया टीमा एंटर हो जाने कृपा करके हाँ जी एक होर सूचना गुरद्वारा साहब दे विच शाम नू 6:30 तो 7:30 तक हर रोज विसाखी तक दस्तारा सजाउण दा दस्तारा बन्नण दा कैंप लगाया जा रहा है हर रोज़ शाम नू एक कैंप लगाया जांदा जे कोई बच्चा नौजवान दस्तार बन्नणी सिखणी चाहुंदा है तां उह शाम नू 6:30 तो 7:30 तक गुरद्वारा साहब विखे जो कैंप है उहदे च पहुँच के दस्तार बन्नणी सिख सकदा है ये कैंप विसाखी तक चलेगा
ਹੈਲੋ ਭੁਪਿੰਦਰ ਸਿੰਘ ਹੈਲੋ ਮਿੱਠੂ ਸਟੇਜ 'ਤੇ ਪਹੁੰਚ ਜਾਵੇ ਅਤੇ ਜ਼ਰੂਰੀ ਕੰਮ ਹੈ ਉਹਨਾਂ ਦਾ ਜੀ ਚੱਲ ਤੁਹਾਡੇ ਕੋਲ ਇੱਥੇ ਹੀ ਪਹੁੰਚ ਰਿਹਾ ਕੋਈ ਗੱਲ ਨਹੀਂ ਇੱਥੇ ਪਹੁੰਚੋ ਕਰਮ ਸਿੰਘ ਨੇ ਮਿਲਣਾ ਤੁਹਾਨੂੰ ਹੈਲੋ 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 ਕਬੱਡੀ ਓਪਨ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਉਹ ਟੀਮਾਂ ਜਲਦੀ ਆਪਣੀਆਂ ਐਂਟਰੀਆਂ ਦੇ ਜਾਣ ਕਿਉਂਕਿ ਕੁਛ ਕੁ ਸਮੇਂ ਦੇ ਵਿੱਚ ਅਸੀਂ ਮੈਚ ਜਿਹੜੇ ਅਨਾਊਂਸ ਕਰ ਦੇਣੇ ਹੈ ਇਹ ਮੇਰੀ ਹੱਥ ਬੰਨ ਕੇ ਬੇਨਤੀ ਹੈ ਟੀਮਾਂ ਪ੍ਰਤੀ ਮਾਸਟਰ ਜੀ ਇੱਕ ਵਾਰੀ ਦੱਸ ਦਈਏ ਵੀ ਕਿੰਨੀਆਂ ਕੁ ਟੀਮਾਂ ਐਂਟਰ ਹੋ ਗਈਆਂ ਨੇ ਆਪਣੇ ਕੋਲ ਸਾਡੇ ਸਤਿਕਾਰਯੋਗ ਸਰਦਾਰ ਹਰਬੰਸ ਸਿੰਘ ਜੀ ਹੋਣੀ ਅਜਮੇਰ ਸਿੰਘ ਉਹਨਾਂ ਨੇ ਕਹਿੰਦੇ ਵੀ ਕਬੱਡੀ ਟੌਪ ਦੀ ਖੇਡੀ ਆਪਾਂ ਸਾਰਿਆਂ ਦੇ ਧੰਨਵਾਦ ਕਰਦੇ ਨਾਲ ਜੈਲਦਾਰ ਸਾਹਿਬ ਬੈਠੇ ਹੈ ਜਿੰਨੀਆਂ ਵੀ ਹੋਰ ਸਨਮਾਨਯੋਗ ਸ਼ਖਸੀਅਤਾਂ ਨੇ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਹਾਂਜੀ ਕਬੱਡੀ ਏ ਪੰਜ ਛੇ ਟੀਮਾਂ ਸਾਡੇ ਕੋਲ ਪਹੁੰਚ ਚੁੱਕੀਆਂ ਅਤੇ 5 ਮਿੰਟ ਹੋਰ ਦਿੱਤੇ ਜਾਂਦੇ ਆ ਅਗਰ ਕਿਸੇ ਨੇ ਟੀਮ ਐਂਟਰ ਕਰਵਾਉਣੀ ਆ ਤਾਂ ਕਰਵਾ ਦੇਣਾ ਨਹੀਂ ਉਹਨਾਂ ਦੀਆਂ ਟਾਈਆਂ ਕੱਢ ਕੇ ਅਤੇ ਮੈਚ ਸ਼ੁਰੂ ਕਰਵਾ ਦਿੱਤੇ ਜਾਣਗੇ ਅਤੇ ਬਾਕੀ ਜਿਹੜੀਆਂ ਟੀਮਾਂ ਅਸੀਂ ਤਕਰੀਬਨ 5 ਹੀ ਹੋਰ ਟੀਮਾਂ ਲੈਣੀਆਂ ਜੇ 10 ਟੀਮਾਂ ਹੋ ਜਾਣ ਤਾਂ ਅਸੀਂ ਜਲਦੀ ਉਹਨਾਂ ਦੇ ਮੈਚ ਸ਼ੁਰੂ ਕਰਵਾ ਦੇਣੇ ਆ ਇਸ ਕਰਕੇ ਟੀਮਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਆਪਣੇ ਇੱਥੇ ਆ ਕੇ ਨਾ ਐਂਟਰ ਕਰਵਾ ਜਾਣ
हाँ भाई सोना ते अंबू ओनू उन्हां दे खिडारी साथी याद करते हैं उस स्टेज के थले अपने खिडारी साथियों नाल संपर्क कर लैन सोना ते अंबू।